ਕਿ ਸਾਰੇ ਦੇਸ਼ਾਂ ਨੂੰ ਖਫਰਾ ਦਬੜੀ ਪੈ ਗਿਆ ਕਿ ਕਿਵੇਂ ਉੱਥੋਂ ਆਪਣੇ ਸਫਾਰਤੀ ਅਮਲੇ ਨੂੰ ਵਾਪਸ ਲਿਆਂਦਾ ਜਾਵੇ ਤਾਲਿਬਾਨ ਨੇ ਗੱਲ ਕਹਿ ਦਿੱਤੀ ਹੈ ਕਿ ਜੇ ਕਿਸੇ ਨੇ ਇੱਥੋਂ ਨਿਕਲਣਾ ਹੈ ਤੇ ਉਹਨਾਂ ਨੂੰ ਅਸੀਂ ਸੁਰੱਖਿਅਤ ਰਸਤਾ ਦੇਵਾਂਗੇ ਉਹ ਜਾ ਸਕਦੇ ਨੇ ਇਸ ਤਰ੍ਹਾਂ ਭਗ ਦਾ ਨਾਂ ਮਚਾਉਂਦੇ ਇਸ ਦਾ ਆਗੂ ਆਪਣੀ ਜਨਤਾ ਨੂੰ ਉੱਥੇ ਹੀ ਛੱਡ ਕੇ ਕਿਵੇਂ ਉਹ ਦੇਸ਼ ਛੱਡ ਕੇ ਚਲਾ ਗਿਆ ਕਈ ਲੋਕ ਇਸ ਨੂੰ ਜਿਵੇਂ ਵੀ ਆਖਣ ਕਿ ਉਹਨਾਂ ਨੇ ਕਾਰਤਾ ਦਿਖਾਈ ਹੈ ਕਿ ਉਹ ਭੱਜ ਕੇ ਗਏ ਨੇ ਪਰ ਮੈਂ ਇਸ ਨੂੰ ਇੰਜ ਦੇਖਦਾ ਕਿ ਜੇ ਉਥੋਂ ਅਮਰੀਕਾ ਵਾਲੇ ਭੱਜ ਗਏ ਨੇ ਤੇ ਉਹਨਾਂ ਨੇ ਵੱਡੀ ਕਾਰਤਾ ਦਿਖਾਈ ਹੈ ਅਮਰੀਕਾ ਨੇ ਬੇਸਿਕਲੀ ਜਿਹੜਾ ਸੀ ਰਸ਼ੀਆ ਨੂੰ ਉਥੋਂ ਕੱਢਣ ਵਾਸਤੇ ਦੱਸਿਆ ਜਾਂਦਾ ਹੈ ਕਿ ਰੂਸ ਨੂੰ ਇਥੋਂ ਚੰਗੀ ਤਰ੍ਹਾਂ ਖਦੇੜਨ ਵਾਸਤੇ ਜਿਹੜੇ ਬਾਗੀ ਗਰੁੱਪਾਂ ਦੀ ਮਦਦ ਕੀਤੀ ਉਹਨਾਂ ਵਿੱਚ ਤਾਲਿਬਾਨ ਦਾ ਨਾਮ ਵੀ ਸ਼ਾਮਿਲ ਸੀ ਘਾੜਤ ਕੜੀ ਗਈ ਉਹ ਅਫਗਾਨਿਸਤਾਨ ਦੀ ਧਰਤੀ ਤੇ ਕੜੀ ਗਈ ਤੇ ਵਲਟ ਰੇਟ ਸੈਂਟਰ ਦੇ ਵਿੱਚ ਜਹਾਜ਼ ਮਾਰੇ ਗਏ ਪੈਂਟਾਗਨ ਦੇ ਮਰਦ ਦੇ ਵਿੱਚ ਵੀ ਲੱਗਾ ਤੇ ਤਾਲਿਬਾਨ ਨੂੰ ਸਭ ਤੋਂ ਪਹਿਲਾਂ ਮਾਨਤਾ ਕਿਸ ਨੇ ਦਿੱਤੀ ਹੋਵੇਗੀ ਪਾਕਿਸਤਾਨ ਨੇ ਦਿੱਤੀ ਸऊदी ਅਰਬ ਨੇ ਵੀ ਦਿੱਤੀ ਤੇ ਇੱਕ ਦੋ ਹੋਰ ਮੁਲਕਾਂ ਨੇ ਵੀ ਦਿੱਤੀ ਕੈਪਟਨ ਅਮਨਿੰਦਰ ਸਿੰਘ ਨੇ ਵੀ ਆਖਿਆ ਕਿ ਉੱਥੇ ਸਿੱਖੇ ਨੇ ਰਹਿੰਦੇ ਨੇ ਹਿੰਦੂ ਇੱਥੇ ਰਹਿੰਦੇ ਨੇ ਉਹਨਾਂ ਦਾ ਕੁਝ ਕੀਤਾ ਜਾਵੇ ਜੇ ਇੱਥੋਂ ਤੱਕ ਸਾਡੀ ਸ਼ਰੂਮੀ ਕਮੇਟੀ ਵੀ ਬੀੜਾ ਚੁੱਕ ਲਵੇ ਜੀ ਤੇ ਇਸ ਭਾਰਤ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਭਾਸ਼ਾ ਤੇ ਸਵਾਲ ਵੀ ਚੁੱਕ ਰਹੇ ਨੇ ਜੀ ਤੇ ਕੁਝ ਲੋਕ ਵਾਵਾ ਵੀ ਕਰ ਰਹੇ ਨੇ ਸਾਲਾ ਸੁਖਵੀਰ ਦਾ ਸਾਲਾ ਇਹਦਾ ਕੀ ਮਤਲਬ ਹੈ ਕਿ ਉਹ ਬਾਕੀਆਂ ਨੂੰ ਉਤੇ ਮੂਰੇ ਬੈਠੇ ਹੋਿਆਂ ਨੂੰ ਜਾਂ মিডিਆ ਆਊਟਲੈਟਸ ਨੂੰ ਜਾਂ ਲੋਕਾਂ ਨੂੰ ਮੂਰਖ ਸਮਝਦੇ ਨੇ ਕਿਉਂ ਕੀ ਕਹਿ ਰਹੇ ਨੇ ਨਹੀਂ ਤਾਂ ਫਿਰ ਯਾਦ ਹੋਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਤਹਿਜ਼ੀਬ ਉਹ ਡਾਕਟਰ ਪਰਮੋਦ ਸਿੰਘ ਬਾਰੇ ਵੀ ਭੁੱਲੇ ਸੀ ਤੇ ਫਿਰ ਹੱਥ ਜੋੜ ਕੇ ਗੋਡੀਆਂ ਹਥਲਾ ਕੇ ਮਾਫੀ ਮੰਗੀ ਸੀ ਉਹੀ ਸ਼ੇਰ ਰਾਦੇ ਮਾਂ ਦੇ ਦਰਬਾਰ 'ਚ ਉਹੀ ਸ਼ੇਰ ਬਾਪੂ ਆਸਰਾਮ ਦੇ ਦਰਬਾਰ 'ਚ ਉਹੀ ਸ਼ੇਰ ਕਿਸੇ ਹੋਰ ਮੌਕੇ ਤੇ ਇਹ ਗੱਲਾਂ ਜਿਹੜੀਆਂ ਕੁਝ ਚੰਗੀਆਂ ਸੋ ਪਿਛਲੇ 30 ਸਾਲਾਂ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਰਹੀ ਹੈ ਤੇ ਜ਼ਿੰਮੇਵਾਰ ਤੇ ਦੋਨੇ ਪਾਰਟੀਆਂ ਨੇ ਤੀਜਾ ਥੋੜਾ ਕੋਈ ਮਨਪ੍ਰੀਤ ਬਾਦਲ ਸਿੱਧੂ ਦੇ ਖੇਮੇ ਵਿੱਚ ਨਹੀਂ ਤੇ ਸਿੱਧੂ ਜਦੋਂ ਜਲੰਧਰ ਆਏ ਸੀ ਤੇ ਜਗਵੀਰ ਬਰਾੜ ਉਦੋਂ ਸੀਗੇ ਤੇ ਕਾਂਗਰਸ ਵਿੱਚ ਪਰ ਉੱਥੇ ਸ਼ਾਮਲ ਨਹੀਂ ਸੀ ਹੋਏ ਉਹਨਾਂ ਨੂੰ ਮਿਲੇ ਨਹੀਂ ਸੀ ਬੜੇ ਇੰਟਰਸਟਿੰਗ ਜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਉੱਤਰਾਖੰਡ ਦੇ ਵਿੱਚ ਗੁਰਦੁਆਰਾ ਨਾਨਕ ਮਤਾ ਹੈ ਉਹਨਾਂ ਤੇ ਤੋਚ ਲਗਾ ਸੀ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਜਿੰਨੇ ਉੱਥੇ ਜਾਣਾ ਸੀ ਟਰੋਲਟ ਮੱਕਾ ਗੁਰੂ ਘਰ ਦੇ ਵਿੱਚ ਨਾਚ ਗਾਣਾ ਹੋਇਆ ਤੇ ਫਿਰ ਉਸਤੇ ਸਿਰ ਤੇ ਮੁਖ ਰੱਖ ਦਿੱਤਾ ਗਿਆ ਜਾਂ ਤਾਜ ਪਾ ਦਿੱਤਾ ਗਿਆ ਉਹ ਜਿਹੜਾ ਸੀ ਬੇਅਦਬੀ ਦੇ ਨਾਲ ਜੋੜ ਕੇ ਇਸ ਨੂੰ ਵੇਖਿਆ ਗਿਆ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਅਫਗਾਨਿਸਤਾਨ ਵਿੱਚ ਕਿਸ ਦਾ ਕਬਜ਼ਾ ਹੋਇਆ ਭਵਿੱਖ ਕੀ ਹੋਵੇਗਾ ਨਵਜੋਤ ਸਿੰਘ ਸਿੱਧੂ ਨੇ ਕੇਸ ਨਾਲ ਨਿਭਾਈ ਯਾਰੀ ਤੇ ਗੁਰਦੁਆਰਾ ਨਾਨਕ ਮੱਤਾ ਦੀ ਮੈਂਬਰਾਂ ਨੂੰ ਕੀ ਹੁਕਮ ਮਿਲਿਆ ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ ਹੀਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ ਸ਼ੁਰੂਆਤ ਉਤੋਂ ਕਰਦੇ ਹਾਂ ਜੋ ਤੇ ਸਾਰੀ ਦੁਨੀਆ ਦੀਆਂ ਇਸ ਵੇਲੇ ਨਜ਼ਰਾਂ ਨੇ ਅਫਗਾਨਿਸਤਾਨ ਤੇ ਤਾਲੀਬਾਨ ਦਾ ਕਬਜ਼ਾ ਹੋ ਗਿਆ ਐਸ ਵੇਲੇ ਐਸ ਵੇਲੇ ਤੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਥੋੜਾ ਜਿਹਾ ਜਾਣਨਾ ਪਾ ਦਿਓ ਮੌਜੂਦਾ ਹਾਲਾਤ ਸਾਡਾ ਪ੍ਰੋਗਰਾਮ ਜਦੋਂ ਤੱਕ ਟਰੈਲੀਕਾਸਟ ਹੋਣਾ ਹੈ ਜੀ ਉਦੋਂ ਤੱਕ ਬਦਲ ਵੀ ਸਕਦੇ ਨੇ ਜੀ ਕਿਉਂਕਿ ਇੱਕ ਦਿਨ ਪਿੱਛੇ ਚਲੇ ਜਾਈਏ ਤੇ ਦੁਪਹਿਰ ਤੱਕ ਇਹ ਖਬਰ ਆ ਰਹੀ ਸੀ ਕਿ ਹੁਣ ਤਾਲੀਬਾਨ ਲੜਾਕੇ ਕਾਬਲ ਤੋਂ 60 ਜਾਂ 70 ਕਿਲੋਮੀਟਰ ਦੂਰ ਨੇ ਜੀ ਜਿੰਨਾ ਜਲੰਧਰ ਤੋਂ ਲੁਧਿਆਣਾ ਜਾਂ ਅੰਮ੍ਰਿਤਸਰ ਜੀ ਇਨੀ ਦੂਰ ਨੇ ਤੇ ਉਹਨਾਂ ਨੂੰ ਦੂਰੀ ਦੇ فاਸਲਾ ਤੇ ਤਾਂ ਹੋਵੇ ਜੇ ਰਸਤੇ ਵਿੱਚ ਉਹਨਾਂ ਕੋ ਰੁਕਾਵਟ ਹੋਵੇ ਜੀ ਤੇ ਦੇਖਦੇ ਆਂ ਦੇਖਦੇ ਆਂ ਉਹ ਇੱਕ ਦੋ ਘੰਟਿਆਂ ਦੇ ਵਿੱਚ ਸਰਹੱਦ ਤੇ ਪਹੁੰਚ ਗਏ ਕਾਬਲ ਦੇ ਜਿਵੇਂ ਕਹਿੰਦੇ ਫਿਰਨੀ ਤੇ ਪਹੁੰਚ ਗਏ ਜੀ ਕਾਬਲ ਦੇ ਕੰਡੇ ਤੇ ਪਹੁੰਚ ਕੇ ਫਿਰ ਉਹ ਰੁਕ ਗਏ ਪਰ ਉਸ ਵੇਲੇ ਤੱਕ ਸਾਰੀ ਦੁਨੀਆ ਨੂੰ ਤੇ ਕਾਬਲ ਦੇ ਹਾਕਮਾਂ ਨੂੰ ਜਿਹੜਾ ਸੀ ਸੰਦੇਸ਼ ਮਿਲ ਚੁੱਕਾ ਸੀ ਕਿ ਸਾਡਾ ਸਮਾਂ ਹੁਣ ਪੁੱਗ ਚੁੱਕਾ ਹੈ ਜੀ ਸਾਡਾ ਸਮਾਂ ਹੁਣ ਗਿਆ ਅਸ਼ਰਫ ਗਨੀ ਜਹਾਜ਼ ਵੀ ਸਵਾਰ ਹੋਏ ਰਾਸ਼ਟਰਪਤੀ ਉੱਥੇ ਦੇ ਉਹ ਉਪ ਰਾਸ਼ਟਰਪਤੀ ਵੀ ਨਾਲ ਫੌਜਾਂ ਦੇ ਕਮਾਂਡਰ ਵੀ ਨਾਲ ਜੀ ਤਾਜਿਕਸਤਾਨ ਨੂੰ ਉਹਨਾਂ ਨੇ ਜਹਾਜ਼ ਫੜ ਲਿਆ ਜੀ ਵਰવાર ਸ਼ਾਇਦ ਉਹਨਾਂ ਦਾ ਪਹਿਲਾਂ ਹੀ ਜਾ ਚੁੱਕਾ ਉੱਥੋਂ ਤਾਜਿਕਸਤਾਨ ਨੂੰ ਭੱਜ ਗਏ ਹੁਣ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਉਹ ਭੱਜ ਕੇ ਉੱਥੋਂ ਵੀ ਓਮਾਨ ਦੇ ਵਿੱਚ ਜਿਹੜੇ ਨੇ ਉਹ ਲੋਕ ਗਏ ਨੇ ਜੀ ਤੇ ਉੱਥੋਂ ਜਾ ਕੇ ਉਹਨਾਂ ਨੇ ਕੁਝ ਬਿਆਨ ਜਾਰੀ ਕੀਤੇ ਨੇ ਹਾਲਾਂਕਿ ਪਰ ਉਹਨਾਂ ਦੀ ਚੁਫੇਰੀ ਉਹ ਨਖੇਦੀ ਵੀ ਹੋ ਰਹੀ ਆ। ਜੀ। ਕੁਝ ਬੰਦੇ ਉਹਨਾਂ ਦੀ ਗਲਤੀ ਸਪੋਰਟ ਵੀ ਕਰਦੇ ਨੇ। ਅਸ਼ਰਫ ਗਨੀ ਇਹ ਕਹਿੰਦੇ ਨੇ ਕਿ ਮੈਂ ਇਸ ਗਲਤ ਕਰਕੇ ਉੱਥੋਂ ਭੱਜ ਪਿਆ ਕਿਤੇ ਜਿਹੜੀਆਂ ਉੱਥੇ ਦੀਆਂ ਅਫਗਾਨ ਨੈਸ਼ਨਲ ਆਰਮੀ ਐ ਜਾਂ ਸਾਡੀ ਜਿਹੜੀ ਫੌਜ ਅਸੀਂ ਤਿਆਰ ਕੀਤੀ ਹੋਈ ਸੀ ਕਿਤੇ ਉਹਨਾਂ ਦੇ ਵਿੱਚ ਤੇ ਤਾਲਿਬਾਂ ਲੜਾਕਿਆਂ ਦੇ ਵਿੱਚ ਲੜਾਈ ਨਾ ਚੱਲ ਪਵੇ। ਜੀ। ਤੇ ਖੂਨ ਵਗਦਾ ਕਾਬਲ ਦੀਆਂ ਸੜਕਾਂ ਤੇ ਇੱਕ ਵਾਰੀ ਫੇਰ ਤੇ ਇਸ ਤੋਂ ਮੈਂ ਬਚਣਾ ਚਾਹੁੰਦਾ ਸੀ ਤੇ ਮੇਰੇ ਕਰਕੇ ਜੇ ਕੋਈ ਲੜਾਈ ਹੁੰਦੀ ਤੇ ਮੈਂ ਉਸ ਨੂੰ ਰੋਕ ਦੇਣਾ ਚਾਹੁੰਦਾ ਤੇ ਮੈਂ ਉਸ ਦੇਸ਼ ਨੂੰ ਛੱਡਣ ਦਾ ਫੈਸਲਾ ਲੈ ਲਿਆ ਜੀ ਦੇਸ਼ ਛੱਡ ਦਿੱਤਾ ਭੱਜ ਗਏ ਹੁਣ ਤਾਲਿਬਾਨ ਉਹਨਾਂ ਦੇ ਮਹਿਲ ਦੇ ਵਿੱਚ ਆ ਰਾਸ਼ਟਰਪਤੀ ਜਿਹੜਾ ਭਵਨ ਹੈ ਜਾਂ ਰਾਸ਼ਟਰਪਤੀ ਦਾ ਆਫਿਸ ਹੈ ਜੀ ਉੱਥੇ ਪਹੁੰਚ ਗਏ ਨੇ ਜੀ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਮੈਂ ਭੱਜ ਕੇ ਨਹੀਂ ਜਾਣਾ ਉਹਨਾਂ ਦੇ ਕੋਚ ਇੱਕ ਹੋਰ ਸਾਬਕਾ ਜਿਹੜੇ ਪਿਛਲੀ ਹਕੂਮਤ ਦੇ ਜਿਹੜੇ ਆਗੂ ਸਨ ਉਹਨਾਂ ਨੇ ਵੀ ਇਹੋ ਗੱਲ ਆਖੀ ਕਿ ਅਸੀਂ ਦੌੜ ਕੇ ਇੱਥੋਂ ਨਹੀਂ ਜਾਣਾ ਅਸੀਂ ਇੱਥੇ ਰਹਾਗੇ ਜੀ ਤੇ ਤਾਲਿਬਾਨ ਜਦੋਂ ਮਹਿਲ ਦੇ ਵਿੱਚ ਪਹੁੰਚ ਗਿਆ ਤੇ ਜਾਇਜ਼ਾ ਲੈ ਰਹੇ ਨੇ ਤੇ ਜਿਵੇਂ ਇੱਕ ਜਿਵੇਂ ਉਹਨਾਂ ਦਾ ਸਿਸਟਮ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਜੀ ਉਸੇ ਹਿਸਾਬ ਨਾਲ ਰਾਸ਼ਟਰਪਤੀ ਆਫਿਸ ਦੇ ਵਿੱਚ ਸਾਲਟਾਂ ਚੁੱਕੀ ਲੜਾਕੇ ਬੁਕੜਾਂ ਮਾਰੀਆਂ ਹੋਈਆਂ ਜੀ ਤੇ ਆਪਣੇ ਖਾਸ ਪਹਿਰਾਵਿਆਂ ਦੇ ਵਿੱਚ ਉੱਥੇ ਘੁੰਮਦੇ ਹੋਏ ਵੇਖੇ ਜਾ ਸਕਦੇ ਨੇ ਜੀ ਉਹ ਇਸ ਤਰ੍ਹਾਂ ਕੰਬਰੇ ਨੇ ਮਹਿਲ ਦੇ ਵਿੱਚ ਜਿਵੇਂ ਕੋਈ ਉਹਨਾਂ ਦਾ ਆਪਣਾ ਹੀ ਘਰ ਹੋਵੇ ਤੇ ਇੱਥੇ ਰਹਿੰਦੇ ਗਏ ਹੁਣ ਉਹ ਜੀ ਖੈਰ ਉਹਨਾਂ ਦਾ ਰਾਜ ਆ ਹੁਣ ਇਸ ਵੇਲੇ ਤਾਲਿਬਾਨ ਜਿਹੜੇ ਸੀ ਉਹ ਇੱਕਦਮ ਉਹਨਾਂ ਨੇ ਚਾਲੇ ਪਾਏ ਤੇ ਕਾਬਲ ਤੇ ਕਬਜ਼ਾ ਕਰ ਲਿਆ ਇਸ ਵੇਲੇ ਦੇ ਤਾਜ਼ਾ ਹਾਲਾਤ ਇਹ ਨੇ ਕਿ ਸਾਰੇ ਦੇਸ਼ਾਂ ਨੂੰ ਹਫੜਾ-ਦਫੜੀ ਪੈ ਗਈ ਹੈ ਕਿ ਕਿਵੇਂ ਉੱਥੋਂ ਆਪਣੇ ਸਫਾਰਤੀ ਅਮਲੇ ਨੂੰ ਵਾਪਸ ਲਿਆਂਦਾ ਜਾਵੇ ਜੀ ਭਾਰਤ ਵਾਲਿਆਂ ਨੇ ਕਾਫੀ ਦਿਨ ਪਹਿਲਾਂ ਆਪਣੇ ਕੁਝ ਅਮਲੇ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਕੌਂਸਲ ਖਾਨੇ ਬੰਦ ਕਰ ਦਿੱਤੇ ਗਏ ਨੇ ਤੁਸੀਂ ਆ ਜਾਓ ਜੀ ਤੇ ਹੁਣ ਜਦ ਕਿ ਮੇਨ ਐਮਬੈਸੀਆਂ ਜਿਹੜੀਆਂ ਨੇ ਉਹ ਰਾਜਧਾਨੀ ਕਾਬਲ ਦੇ ਵਿੱਚ ਹੀ ਨੇ ਜਿਨ੍ਹਾਂ ਵਿੱਚ ਅਮਰੀਕਾ ਦੀ ਵੀ ਹੈ ਬ੍ਰਿਟਾਨੀਆ ਦੀ ਵੀ ਹੈ ਭਾਰਤ ਦੀ ਵੀ ਹੈ ਹੋਰਨਾ ਮੁਲਕਾਂ ਦੀ ਵੀ ਹੈ ਉਹ ਗ੍ਰੀਨ ਜ਼ੋਨ ਜਿਹੜਾ ਹੈ ਅਜੇ ਵੀ ਉਹ ਅਮਰੀਕਨ ਫੌਜ ਦੇ ਕੋਲ ਜਿਹੜਾ ਹੈ ਉਸ ਦਾ ਕਬਜ਼ਾ ਦੱਸਿਆ ਜਾਂਦਾ ਹੈ ਪਰ ਹੌਲੀ-ਹੌਲੀ ਉਸ ਨੂੰ ਖਾਲੀ ਕੀਤਾ ਜਾ ਰਿਹਾ ਹੈ ਵੱਡੇ-ਵੱਡੇ ਹੈਲੀਕਾਪਟਰਾਂ ਨਾਲ ਕਾਬਲ ਦੀ 에어ਪੋਰਟ ਤੱਕ ਜਿਹੜਾ ਹੈ ਅਮਰੀਕੀ ਅਮਲਾ ਜਿਹੜਾ ਪਹੁੰਚ ਗਿਆ ਜੀ ਕਾਬਲ ਦੀ 에어ਪੋਰਟ ਤੱਕ ਹੀ ਸੀਮਤ ਰਹਿ ਗਏ ਨੇ ਹੁਣ ਕਾਬਲ ਦੀ 에어ਪੋਰਟ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵੀ ਕੁਝ ਹੋਈਆਂ ਨੇ ਕੋਈ ਜ਼ਖਮੀ ਹੋਇਆ ਜਾਂ ਕੋਈ ਮੌਤ ਹੋਈ ਇਸ ਦੀ ਕੋਈ ਖਬਰ ਨਹੀਂ ਹੈ ਜੀ ਪਰ ਜਹਾਜ਼ਾਂ ਦੀਆਂ ਖਿੜਕੀਆਂ ਨੂੰ ਜਿਹੜੇ ਸੀ ਗੇਟ ਨੂੰ ਚੁੰਬੜੇ ਹੋਏ ਲੋਕ ਚੜੇ ਸੀ ਵਿਖੇ ਜਾ ਸਕਦੇ ਨੇ ਵੀਡੀਓ ਬਹੁਤ ਆਈਆਂ ਨੇ ਜੀ ਉੱਥੇ ਇਸ ਤਰ੍ਹਾਂ ਲੋਕ ਘੁੰਮ ਰਹੇ ਸਨ ਜਿਵੇਂ ਕੋਈ ਮੇਲਾ ਹੋਵੇ ਆਮ ਤੌਰ ਤੇ ਜਹਾਜ਼ ਜਿੱਥੇ ਰਨਵੇ ਹੋਣ ਉੱਥੇ ਕੋਈ ਵਿਅਕਤੀ ਬਹੁਤ ਘੱਟ ਹੁੰਦੇ ਨੇ ਬਹੁਤ ਖਾਸ ਹਮਲੇ ਨੂੰ ਜਾਣ ਦਿੱਤਾ ਜਾਂਦਾ ਜੀ ਤੇ 에어ਪੋਰਟਾਂ ਦੇ ਦਾਖਲੇ ਵੀ ਬੜੇ ਖਾਸ ਹੁੰਦੇ ਨੇ ਪਰ 에어ਪੋਰਟ ਕਾਬਲ ਦੀ 에어ਪੋਰਟ ਤੇ ਜਿਹੜੀ ਹੈ ਇਸ ਵੇਲੇ ਅਮਰੀਕਨ ਫੌਜ ਉਹਨਾਂ ਨੇ ਕੰਡਿਆਲੀ ਤਾਰ ਦੇ ਅੰਦਰਲੇ ਪਾਸੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਜੀ। ਉੱਥੋਂ ਨਿਕਲਣ ਦੇ ਯਤਨ ਕਰ ਰਹੇ ਨੇ ਤੇ ਤਾਲਿਬਾਨ ਇਹ ਗੱਲ ਕਹਿ ਦਿਤੀ ਹੈ ਕਿ ਜੇ ਕਿਸੇ ਨੇ ਇੱਥੋਂ ਨਿਕਲਣਾ ਹੈ ਤੇ ਉਹਨਾਂ ਨੂੰ ਅਸੀਂ ਸੁਰੱਖਿਆ ਤਰਾਸਤਾ ਦੇਵਾਂਗੇ ਉਹ ਜਾ ਸਕਦੇ ਨੇ। ਇਸ ਤਰ੍ਹਾਂ ਭਗੜੜਨਾ ਮਚਾਉ। ਜੀ। ਹੁਣ ਕੌਣ-ਕੌਣ ਨਿਕਲੇਗਾ ਇਸ ਦਾ ਪਤਾ ਨਹੀਂ। ਜੀ। ਅਮਰੀਕਨ ਉੱਥੋਂ ਹੌਲੀ-ਹੌਲੀ ਨਿਕਲ ਰਹੇ ਨੇ। ਤੇ ਜਿਹੜੀ ਅਮਰੀਕਾ ਦੀ ਐਮਬੈਸੀ ਆ ਉਤੋਂ ਅਮਰੀਕਾ ਦਾ ਝੰਡਾ ਉਤਾਰ ਦਿੱਤਾ ਗਿਆ ਜੀ ਉਹਨਾਂ ਨੇ ਆਪਣੇ ਕਾਗਜ਼ात ਸਾਰੇ ਜਿਹੜੇ ਇਹਨਾਂ ਨੂੰ ਖਤਮ ਕਰ ਦਿੱਤਾ ਹੈ ਅਗਲਾ ਦਿੱਤੀ ਹੈ ਜੀ ਤੇ ਉਤੋਂ ਸਾਰਾ ਆਮਲਾ ਲੈ ਕੇ ਬਾਹਰ ਨਿਕਲ ਗਏ ਨੇ ਇਸੇ ਤਰ੍ਹਾਂ ਭਾਰਤੀ ਆਮਲਾ ਵੀ ਨਿਕਲ ਰਿਹਾ ਤੇ ਭਾਰਤ ਸਰਕਾਰ ਨੂੰ ਕੱਢਣ ਦੇ ਵਿੱਚ ਲੱਗੀ ਹੋਈ ਹੈ ਜੀ ਭਾਰਤ ਦੇ ਵਿੱਚ ਜਿਹੜਾ ਸਰਕਾਰ ਨੇ ਇੱਕ ਜਹਾਜ਼ ਭੇਜਿਆ ਸੀ ਉਸ ਨੂੰ ਉਤਰਨ ਵਾਸਤੇ ਇੱਕ ਘੰਟੇ ਤੋਂ ਵੱਧ ਜਿਹੜਾ ਸੀ ਇੰਤਜ਼ਾਰ ਕਰਨਾ ਪਿਆ ਉਹ ਹਵਾ ਦੇ ਵਿੱਚ ਉਥੇ ਘੁੰਮਦਾ ਰਿਹਾ ਕਿਉਂਕਿ ਜਹਾਜ਼ ਦੇ ਰਨਵੇ ਵਗੈਰਾ ਜਿਹੜੇ ਖਾਲੀ ਨਹੀਂ ਸੀ ਜਾਂ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਮਿਲ ਰਹੀ ਜੀ ਪਰ ਹੁਣ ਦੱਸਿਆ ਜਾਂਦਾ ਹੈ ਕਿ ਉਹ ਜਹਾਜ਼ ਉਥੋਂ ਵਾਪਸ ਆ ਗਿਆ 129 ਕੋ ਸਵਾਰੀਆਂ ਉਸ ਦੇ ਵਿੱਚ ਵਾਪਸ ਆਈਆਂ ਨੇ ਜੀ ਉਹ ਕਿਸ ਤਰ੍ਹਾਂ ਦੇ ਲੋਕ ਆਏ ਨੇ ਕੌਣ ਆਏ ਨੇ ਇਸ ਬਾਰੇ ਸਰਕਾਰ ਨੇ ਕੁਝ ਨਹੀਂ ਦੱਸਿਆ ਪਰ ਉਥੋਂ ਕੁਝ ਹੋਰ ਲਿਆਂਦੇ ਜਾ ਸਕਦੇ ਨੇ ਜੀ ਇਹ ਇਸ ਵੇਲੇ ਸਥਿਤੀ ਹੈ ਤੇ ਇਥੋਂ ਤੱਕ ਕਿ ਜਿਹੜੀਆਂ ਉਡਾਨਾਂ ਜਿਹੜੀਆਂ ਸੀ ਕੁਝ ਦੂਸਰੇ ਦੇਸ਼ਾਂ ਨੂੰ ਅਫਗਾਨਿਸਤਾਨ ਦੇ ਖੇਤਰ ਦੇ ਉੱਪਰੋਂ ਵੀ ਜਿਹੜੀਆਂ ਸੀ ਇੰਡੀਆ ਦੀਆਂ ਜਾਂਦੀਆਂ ਸੀ ਉਹਨਾਂ ਨੂੰ ਵੀ ਜਿਹੜਾ ਹੈ ਹਾਲ ਦੀ ਕਟੜੀ ਰੋਕ ਦਿੱਤਾ ਗਿਆ ਹੈ ਸਾਰੀ ਕਮਰਸ਼ੀਅਲ ਏਅਰ ਲਾਈਨ ਦਾ ਸਿਸਟਮ ਜਿਹੜਾ ਸੀ ਉਹ ਕਾਬਲ ਦੀ ਏਅਰਪੋਰਟ ਤੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਜਿਹੜੀਆਂ ਸਪੇਸ ਵੀ ਉਹਨਾਂ ਦੀ ਏ ਸਪੇਸ ਵੀ ਵਰਤਣ ਦੀ ਕੋਸ਼ਿਸ਼ ਜਿਹੜੀਆਂ ਨੇ ਜਿਹੜੀਆਂ ਬੰਦ ਕਰ ਦਿੱਤੀ ਹੈ ਦੂਸਰੇ ਪਾਸੇ ਉਹ ਦੀ ਹੁਮਕੇ ਜਿਹੜੇ ਜਹਾਜ਼ ਨੇ ਉਹ ਜਾ ਸਕਦੇ ਨੇ ਇਸ ਕਰਕੇ ਸਥਿਤੀ ਇਸ ਵੇਲੇ ਬਹੁਤ ਚਿੰਤਾਜਨਕ ਬਣੀ ਹੋਈ ਹੈ ਪਰ ਤਾਲਿਬਾਨ ਕਾਬਜ਼ ਹੋ ਗਏ ਨੇ ਕਾਬਲ ਤੇ ਇਹ ਗੱਲ ਪੱਕੀ ਹੈ ਚੰਗੀ ਤਰ੍ਹਾਂ ਕਾਬਜ਼ ਹੋ ਗਏ ਨੇ ਇਹ ਵੀ ਠੀਕ ਹੈ ਪਰ ਅਗਲੇ ਉਹਨਾਂ ਨੇ ਪੱਤੇ ਅਜੇ ਤੱਕ ਖੋਲੇ ਨਹੀਂ ਪਰ ਅਜੇ ਤੱਕ ਸਾਰੀ ਸੁਖ ਸਾਂਦ ਹੈ ਜੇ ਇਸੇ ਤਰ੍ਹਾਂ ਇੱਕ ਦੋ ਦਿਨ ਚੱਲਦੀ ਰਹੀ ਤੇ ਸ਼ਾਇਦ ਸਾਰਿਆਂ ਨੂੰ ਬਾਹਰ ਨਿਕਲਣ ਦਾ ਸੇਫ ਰਸਤਾ ਸੁਰੱਖਿਤ ਰਸਤਾ ਮਿਲ ਜਾਵੇ ਜੀ ਤੇ ਕੁਲਦੀਪ ਜੀ ਆਪਾਂ ਤੁਹਾਡੇ ਕੋਲ ਅਗਲਾ ਸਵਾਲ ਜਿਹੜਾ ਪੁੱਛਣਾ ਹੈ ਨਾ ਉਹ ਅਫਗਾਨਿਸਤਾਨ ਤੇ ਤਾਲੀਬਾਨ ਦਾ ਚਰਚਾ ਹੈ ਤਾਲੀਬਾਨੀਆਂ ਦਾ ਚਰਚਾ ਹੈ ਇਹ ਅਸਲ ਵਿੱਚ ਕੌਣ ਹੈ ਪਰ ਉਸ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦੀ ਆ ਕਿ ਦੇਸ਼ ਦਾ ਆਗੂ ਆਪਣੀ ਜਨਤਾ ਨੂੰ ਉੱਥੇ ਹੀ ਛੱਡ ਕੇ ਕਿਵੇਂ ਉਹ ਦੇਸ਼ ਛੱਡ ਕੇ ਚਲਾ ਗਿਆ ਸ਼ਾਇਦ ਉਸ ਦੇ ਦਿਮਾਗ ਦੇ ਵਿੱਚ ਜਿਹੜੇ ਪਿਛਲੇ ਹਾਕਮ ਸਨ ਪਿਛਲੇ ਦੇਸ਼ਾਂ ਦੇ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਬਗਾਵਤਾਂ ਹੋਈਆਂ ਨੇ ਉਹ ਸ਼ਾਇਦ ਅੱਖਾਂ ਦੇ ਮੋਰੇ ਘੋਮਿਆ ਹੋਵੇਗਾ ਜੀ ਸਦਾਮ ਹੁਸੈਨ ਇਰਾਕ ਦਾ ਰਾਸ਼ਟਰਪਤੀ ਇੰਨੇ ਸਾਲ ਰਿਆ ਇੰਨੀ ਤਾਕਤ 세 ਉਸ ਕੋਲ ਫੌਜ ਦੀ ਉਸ ਨੂੰ ਅਮਰੀਕਾ ਨੇ ਘੇਰ ਕੇ ਮਾਰ ਦਿੱਤਾ ਫੜ ਲਿਆ ਅਖੀਰ ਇੰਨੇ ਵੱਡੇ ਮਹਿਲਾ ਦੇ ਵਿੱਚ ਰਹਿਣ ਵਾਲਾ ਇੰਨਾ ਤਾਕਤਵਰ ਵਿਅਕਤੀ ਤੇ ਉਸ ਨੂੰ ਇੱਕ ਭੂਰੇ ਦੇ ਵਿੱਚੋਂ ਬਰਾਮਦ ਕੀਤਾ ਗਿਆ ਉੱਥੋਂ ਫੜਿਆ ਗਿਆ ਤੇ ਕੋਈ ਉਸ ਤੇ ਕੇਸ ਚਲਾ ਕੇ ਜੰਗੀ ਅਪਰਾਧਾਂ ਦੇ ਤਹਿਤ ਜੀ ਫਿਰ ਉਸ ਨੂੰ ਫਾਂਸੀ ਦੇ ਦਿੱਤੀ ਗਈ ਜੀ ਔਰ ਫਾਂਸੀ ਦਾ ਕਿੰਨਾ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਅੰਤ ਤੌਰ ਤੇ ਕਿ ਉਸ ਨੂੰ ਭੇਤ ਭਰੇ ਟਾਂਗ ਨਾਲ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਹੈ ਕੋ ਵੀਡੀਓ ਰਿਕਾਰਡਿੰਗ ਨਹੀਂ ਹੁੰਦੀ ਜੀ ਤੇ ਅਗਲੇ ਦਿਨ ਉਸ ਦੀ ਵੀਡੀਓ ਰਿਕਾਰਡਿੰਗ ਵੀ ਆ ਜਾਂਦੀ ਕਿ ਸਦਾਮ ਹਸੈਨ ਨੂੰ ਇਸ ਤਰ੍ਹਾਂ ਫਾਂਸੀ ਦਿੱਤੀ ਗਈ ਜੀ ਸਦਾਮ ਹਸੈਨ ਦਾ ਅੰਤਜਾਮ ਦੇਖਿਆ ਮੁਮਰ ਗਦਾਫੀ ਦਾ ਲਿਬੀਆ ਦੇ ਸ਼ਾਸਕ ਉਹਨਾਂ ਦਾ ਅੰਤਜਾਮ ਦੇਖਿਆ ਤੇ ਅਸ਼ਰਫ ਗਨੀ ਉਹ ਇੰਨੀ ਦੂਰ ਜਾਣ ਦੀ ਤੇ ਲੋੜ ਹੀ ਨਹੀਂ ਜੀ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਜਦੋਂ ਨਜੀਬullah ਜਦੋਂ ਸੋਵੀਅਤ ਨੇ ਛੱਡ ਦਿੱਤਾ ਸੀ ਅਫਗਾਨਿਸਤਾਨ ਨੂੰ 1995 ਦੇ ਵਿੱਚ ਤੇ ਫਿਰ ਜਿਹੜੇ ਬਾਗੀ ਜਿਹੜੇ ਗਰੁੱਪ ਸੀ ਉਹ ਕਾਬਲ ਉੱਤੇ ਕਬਜ਼ਾ ਕਰਨ ਲਈ ਭੱਜੇ ਫਿਰਦੇ ਸਨ ਦਿਨ ਰਾਤ ਲੜਾਈ ਹੁੰਦੀ ਸੀ ਤੇ ਉਹਨਾਂ ਨੇ ਸ਼ਰਨ ਲਈ ਹੋਈ ਸੀ ਜੀ ਉਹ ਦੇਸ਼ ਛੱਡ ਨਹੀਂ ਸਕੇ ਨਜੀਬੁੱਲਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਬਾਕੀਆਂ ਨੇ ਘੇਰ ਕੇ ਜੀ ਤੇ ਕਿੰਨੀ ਬੁਰੀ ਤਰ੍ਹਾਂ ਕੋਹ ਕੋਹ ਕੇ ਮਾਰਿਆ ਸ਼ਾਇਦ ਉਹ ਜਿਹੜਾ ਸੀਨ ਹੈ ਅਸ਼ਰਫ ਗਨੀ ਦੀ ਅੱਖਾਂ ਦੇ ਮੂਰੇ ਘੁੰਮਦਾ ਹੋਵੇਗਾ ਜੀ ਕਈ ਲੋਕ ਇਸ ਨੂੰ ਜਿਵੇਂ ਵੀ ਆਖਣ ਕਿ ਉਹਨਾਂ ਨੇ ਕਾਇਰਤਾ ਦਿਖਾਈ ਹੈ ਕਿਉਂ ਭੱਜ ਕੇ ਗਏ ਨੇ ਪਰ ਮੈਂ ਇਸ ਨੂੰ ਇੰਜ ਦੇਖਦਾ ਹਾਂ ਕਿ ਜੇ ਉਥੋਂ ਅਮਰੀਕਾ ਵਾਲੇ ਭੱਜ ਗਏ ਨੇ ਜੀ ਤੇ ਉਹਨਾਂ ਨੇ ਵੱਡੀ ਘਰਤਾ ਦਿਖਾਈ ਹੈ ਜੀ ਤੇ ਹੁਣ ਉਹ ਇਸ ਕਰਕੇ ਉਥੇ ਰੁਕੇ ਰਹਿੰਦੇ ਵੀ ਮੈਂ ਇੱਥੇ ਰਹਿਣਾ ਜੀ ਤੇ ਉਸ ਦੇ ਕਰਕੇ ਕੋਈ 1000 2000 ਜਾਂ 5000 ਵਿਅਕਤੀ ਮਾਰੇ ਜਾਂਦੇ ਔਰਤਾਂ ਬੱਚੇ ਯਤਿਮ ਹੋ ਜਾਂਦੇ ਜੀ ਫਿਰ ਉਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੇ ਸਿਆਣੇ ਵੀ ਕੀਤੀ ਹੈ ਅਖੀਰ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰਨਾ ਹੀ ਸੀ ਜੀ ਔਰ ਉਹਨਾਂ ਦਾ ਜਾਮ ਇਹੀ ਹੋਣਾ ਸੀ ਜੀ ਤੇ ਕੁਲਦੀਪ ਜੀ ਲੜਾਕੇ ਜਾਂ ਤਾਲਿਬਾਨੀ ਹੈ ਕੌਣ ਨੇ ਇਹਦੇ ਬਾਰੇ ਵਿਸਥਾਰ ਨਾਲ ਦੱਸ ਦਿਓ ਤਾਲਿਬਾਨ ਇਹ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਪਸ਼ਤੋ ਬੋਲੀ ਦੇ ਵਿੱਚ ਸਟੂਡੈਂਟ ਨੂੰ ਵਿਦਿਆਰਥੀ ਨੂੰ ਆਖਿਆ ਜਾਂਦਾ ਹੈ ਤਾਲਿਬ ਜੀ ਤਾਲਿਬਾਨ ਵਿਦਿਆਰਥੀਆਂ ਦੀ ਜਮਾਤ ਵਿਦਿਆਰਥੀਆਂ ਦਾ ਸੰਗਠਨ ਜੀ ਇਸ ਦੀ ਸ਼ੁਰੂਆਤ ਜਿਹੜੀ ਹੈ ਬੇਸਿਕਲੀ ਇਹ ਉੱਤਰੀ ਪਾਕਿਸਤਾਨ ਦੇ ਇੱਕ ਖੇਤਰ ਦੇ ਵਿੱਚੋਂ ਹੁੰਦੀ ਹੈ ਜੀ ਹਾਲਾਂਕਿ ਪਾਕਿਸਤਾਨ ਵਾਲੇ ਇਸ ਨੂੰ ਮੰਨਦੇ ਨਹੀਂ ਸ਼ੁਰੂਆਤ ਉੱਥੋਂ ਹੁੰਦੀ ਹੈ ਪਾਕਿਸਤਾਨ ਦੀ ਆਈਐਸਆਈ ਵੱਲੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਹ ਖਾਸ ਕਿਸਮ ਦੇ ਮਦਰੱਸਿਆਂ ਦੇ ਵਿੱਚ ਇਹ ਤਾਲਿਬਾਨ ਲੜਾਕਿਆਂ ਦੀ ਪੜ੍ਹਾਈ ਹੁੰਦੀ ਹੈ। ਜੀ। ਇੱਕ ਤਾਂ ਅਸੀਂ ਕਹਿੰਦੇ ਕਿ ਤਾਲੇਬਾਨੀ ਤਾਲੇਬਾਨੀਆਂ ਜੀ। ਇਹ ਤਾਲੇਬਾਨ ਹੈ ਆਪਣੇ ਆਪ ਦੇ ਵਿੱਚ ਇੱਕ ਲਫ਼ਜ਼ ਹੈ ਤਾਲੇਬਾਨ। ਜੀ। ਤਾਲੇਬਾਨ ਜੇ ਅਸੀਂ ਸਰਕਾਰ ਵੀ ਕਹਾਂਗੇ ਤਾਂ ਤਾਲੇਬਾਨ ਸਰਕਾਰ ਕਹਾਂਗੇ। ਸੋ ਇਹ ਨੇ। ਜੀ। ਹੁਣ ਅਫਗਾਨਿਸਤਾਨ ਦੇ ਵਿੱਚ ਉਹ ਜਦੋਂ ਵੀ ਆਉਂਦੇ ਨੇ ਉਹਨਾਂ ਨੇ ਇੱਕਦਮ ਕਬਜ਼ਾ ਕੀਤਾ ਹੈ ਦੇਸ਼ ਤੇ। ਜੀ। ਪਰ ਅਸਲ ਵਿੱਚ ਮੁੱਲਾ ਉਮਰਨਾਦ ਦਾ ਇੱਕ ਵਿਅਕਤੀ ਹੋਇਆ। ਜਿਹੜਾ ਇਸ ਦਾ ਪਹਿਲਾ ਸੰਗਠਨ ਦਾ ਆਗੂ ਬਣਿਆ ਜਦੋਂ ਸੋਵੀਅਤ ਛੱਡ ਕੇ ਭੱਜ ਗਏ 1995 ਦੇ ਵਿੱਚ ਤੇ ਬਹੁਤ ਸਾਰੇ ਗਰੁੱਪ ਜਿਹੜੇ ਸੀ ਉਹ ਕਾਬਲ ਤੇ ਕਬਜ਼ਾ ਕਰਨ ਲਈ ਭੱਜੇ ਬਰਹਾਨਉਦੀਨ ਨਰਬਾਨੀ ਗੁਲਬਦੀਨ ਹਕਮਤਿਆਰ ਉਹ ਆਪਸੀ ਲੜਾਈ ਦੇ ਵਿੱਚ ਕਈ ਉਹਨਾਂ ਚੋਂ ਮਾਰੇ ਗਏ ਮਰ ਖਪਕੇ ਮੁੱਲਾ ਉਮਰ ਨੇ ਤਾਲਿਬਾਨ ਨੂੰ ਕੁਝ ਸਾਲਾਂ ਦੇ ਵਿੱਚ ਇੰਨੀ ਮਜ਼ਬੂਤ ਕਰ ਲਿਆ ਉਹਨਾਂ ਨੂੰ ਇਸ ਲੈਵਲ ਤੇ ਲੈ ਆਂਦਾ ਕਿ ਉਹਨੇ ਸਾਰਿਆਂ ਨੂੰ ਬਾਤ ਪਾ ਕੇ ਜਿਹੜਾ ਸੀ ਪਾਕਿਸਤਾਨ ਤੇ ਕਬਜ਼ਾ ਕਰ ਲਿਆ ਜੀ ਸੋ ਸ਼ੁਰੂਆਤ ਇਦਾਂ ਹੋਈ ਸੀ ਤਾਲਿਬਾਨ ਮਦਰਸਿਆਂ ਦੇ ਵਿੱਚ ਇਹਨਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਮਦਰਸਿਆਂ ਦੇ ਵਿੱਚ ਟ੍ਰੇਨਿੰਗ ਜਿਹੜੀ ਹੈ 사우ਦੀ ਅਰਬ ਦੇ ਪੈਸੇ ਦੇ ਨਾਲ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਰਕਮ ਖਰਚ ਹੋ ਕੇ ਫਿਰ ਇਸ ਤਰ੍ਹਾਂ ਦੀ ਇੱਕ ਖਾਸ ਕਟੜ ਇਸਲਾਮਿਕ ਕਾਨੂੰਨ ਸਿਧਾਂਤ ਜਿਹੜੇ ਹਨ ਇਹਨਾਂ ਨੂੰ ਸਿਖਾਏ ਜਾਂਦੇ ਨੇ ਜੀ ਖੈਰ ਇਹ ਧਾਰਮਿਕ ਪਧਾਇਸ਼ ਤੇ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਪਰ ਜਿਵੇਂ ਇੱਕ ਸਿਸਟਮ ਜਿਸ ਦੇ ਤਹਿਤ ਤਾਲਿਬਾਨ ਚੱਲਦੇ ਨੇ ਜੀ ਸੋ ਉਹਨਾਂ ਨੂੰ ਉੱਥੋਂ ਸਿਰ ਲਾਈ ਮਿਲਦੀ ਹੈ ਤੇ ਗਾਂ ਗਾਂ ਨੈਟਵਰਕ ਉਹਨਾਂ ਦਾ ਫਿਰ ਬਣਦਾ ਗਿਆ ਜੀ ਕੁਲਦੀਪ ਜੀ ਮੁੱਦਿਆਂ ਤੇ ਚਰਚਾ ਜਾਰੀ ਰੱਖਦੇ ਇਸ ਬ੍ਰੇਕ ਤੋਂ ਬਾਅਦ ਸੋ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਰਹੋ ਦਰਸ਼ਕੋ ਮਿਲਦੀ ਹੈ ਇਸ ਬ੍ਰੇਕ ਤੋਂ ਬਾਅਦ ਵਕਵੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਫੇਰ ਤੋਂ ਸਵਾਗਤ ਕਰਦੇ ਆਂ ਤੇ ਕੁਲਦੀਪ ਜੀ ਆਪਾਂ ਗੱਲਬਾਤ ਤਾਲਿਬਾਨ ਦੀ ਕਰ ਰਹੇ ਸੀ ਅਫਗਾਨਿਸਤਾਨ ਤੇ ਜਿੰਨਾ ਦਾ ਕਬਜ਼ਾ ਹੋ ਗਿਆ ਤੇ ਇਹਨਾਂ ਦੀ ਗੱਲ ਕਰੀਏ ਤੇ ਤਾਲਿਬਾਨ ਨੇ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕੀਤਾ ਮਜ਼ਬੂਤ ਉਹਨਾਂ ਨੇ ਇਸੇ ਤਰੀਕੇ ਕੀਤਾ ਕਿ ਇੱਕ ਯੂਥ ਨੂੰ ਉਹਨਾਂ ਨੇ ਨਾਲ ਜੋੜਿਆ ਜੀ ਖਾਸ ਮਕਸਦ ਨਾਲ ਖਾਸ ਕਾਨੂੰਨ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਆ ਇੱਕ ਵਧੀਆ ਸਿਸਟਮ ਹੈ ਤੇ ਪਾਕਿਸਤਾਨ ਸਰਕਾਰ ਦੀ ਉਹਨਾਂ ਨੂੰ ਜਿਹੜੀ ਸੀ ਰਹਿਨਮਾਈ ਸੀ ਜੀ ਤੇ ਪਾਕਿਸਤਾਨ ਦੀ ਆਈਐਸਆਈ ਦੀ ਇਸ ਕਰਕੇ ਮਜ਼ਬੂਤ ਹੁੰਦੇ ਗਏ ਇੱਕ ਦਿਨ ਔਰ ਅਮਰੀਕਾ ਨੇ ਬੇਸਿਕਲੀ ਜਿਹੜਾ ਸੀ ਰਸ਼ੀਆ ਨੂੰ ਇਥੋਂ ਕੱਢਣ ਵਾਸਤੇ ਦੱਸਿਆ ਜਾਂਦਾ ਹੈ ਕਿ ਰੂਸ ਨੂੰ ਇਥੋਂ ਚੰਗੀ ਤਰ੍ਹਾਂ ਖਦੇੜਨ ਵਾਸਤੇ ਜਿਹੜੇ ਬਾਗੀ ਗਰੁੱਪਾਂ ਦੀ ਮਦਦ ਕੀਤੀ ਉਹਨਾਂ ਵਿੱਚ ਤਾਲਿਬਾਨ ਦਾ ਨਾਂ ਵੀ ਸ਼ਾਮਲ ਸੀ ਜੀ ਸ਼ੁਰੂਆਤੀ ਦੌਰ ਦੇ ਵਿੱਚ ਜੀ ਤਾਲਿਬਾਨ ਹੌਲੀ-ਹੌਲੀ ਜਦੋਂ ਕਾਬਜ਼ ਹੋ ਗਿਆ ਮੁੱਲਾ ਉਮਰ ਤੇ ਉਹਨਾਂ ਦੇ ਸਾਥੀ ਤਾਲਿਬਾਨ ਨੇ ਜਿਸ ਤਰ੍ਹਾਂ ਦੀ ਹਕੂਮਤ ਕੀਤੀ ਉਸ ਨੂੰ ਫਿਰ ਦੁਨੀਆ ਨੇ ਵੇਖਿਆ ਜੀ 20 ਸਾਲ ਪਹਿਲਾਂ ਕਿ ਕੀ ਕਰਦੇ ਨੇ ਉਹ ਸਖਤ ਸ਼ਰੀਅਤ ਦਾ ਕਾਨੂੰਨ ਬਹੁਤ ਸਖਤ ਜਿਸ ਵਿੱਚ ਮਰਦਾਂ ਨੂੰ ਦਾੜੀ ਕੱਟਣ ਦੀ ਬਿਲਕੁਲ ਇਜਾਜ਼ਤ ਨਹੀਂ ਔਰਤਾਂ ਨੂੰ ਬਿਨਾ ਪਰਦੇ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਲੜਕੀਆਂ ਦੇ ਸਕੂਲ ਸਾਰੇ ਬੰਦ ਹਸਪਤਾਲ ਬਹੁਤੇ ਬੰਦ ਸਕੂਲ ਕਾਲਜਾਂ ਦੇ ਵਿੱਚ ਪੜ੍ਹਾਈ ਨਾ ਦੇ ਬਰਾਬਰ ਸਿਰਫ ਮਦਰੱਸਿਆਂ ਵਾਲੀ ਪੜ੍ਹਾਈ ਜਿਹੜੀ ਸੀ ਉਹਨਾਂ ਨੂੰ ਕਰਾਈ ਜਾਣ ਲੱਗੀ ਜੀ ਇੱਥੋਂ ਤੱਕ ਕਿ ਬੁੱਧ ਧਰਮ ਨਾਲ ਸਬੰਧਤ ਇੱਕ ਪਹਾੜ ਦੇ ਉੱਪਰ ਉੱਕਰੀਆਂ ਹੋਈਆਂ ਕੁਝ ਮੂਰਤੀਆਂ ਸਨ ਬਹੁਤ ਪ੍ਰਾਤਨ ਪ੍ਰਾਚੀਨ ਜੀ ਉਹਨਾਂ ਨੂੰ ਟਾ ਦਿੱਤਾ ਗਿਆ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ ساری ਦੁਨੀਆ ਨੇ ਇਸ ਗੱਲ ਦੀ ਨਿਖੇਦੀ ਕੀਤੀ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਸਾਡੇ ਧਰਮ ਸੰਸਕ੍ਰਿਤੀ ਨਾਲ ਇਸ ਦਾ ਕੋਈ ਮਿਲਣ ਨਹੀਂ ਇਸ ਕਰਕੇ ਇਸ ਨੂੰ ਅਸੀਂ ਖਤਮ ਕਰ ਰਹੇ ਹਾਂ ਉਹਨਾਂ ਨੇ ਦਿਖਾ ਦਿੱਤਾ ਕਿ ਇਸ ਵਿੱਚ ਇੱਕ ਵੱਖਰਾ ਹੀ ਕਿਸਮ ਜਿਹੜਾ ਇੱਕ ਵੱਖਰਾ ਇੱਕ ਦੁਨੀਆ ਸਿਰਜਣੀ ਚਾਹੁੰਦੇ ਆ ਪਰ ਨਾਲ ਨਾਲ ਉਹ ਦੁਨੀਆ ਨਾਲ ਵੀ ਜੁੜੇ ਰਹੇ ਤਾਲਿਬਾਨ ਉਹ ਇਸ ਤਰ੍ਹਾਂ ਕਿ ਅਫਗਾਨਿਸਤਾਨ ਦੇ ਵਿੱਚ ਖਣਿਜ ਪਦਾਰਥਾਂ ਦੀ ਕਾਟ ਨਹੀਂ ਤੇ ਉਹਨਾਂ ਨੇ ਅਫੀਮ ਦਾ ਕਾਰੋਬਾਰ ਤੇ ਖਣਿਜ ਪਦਾਰਥਾਂ से ਜਿਹੜੇ ਸੀ ਉਹਨਾਂ ਦੇ ਪੈਸੇ ਵੀ ਵਧਣੇ ਸ਼ੁਰੂ ਕੀਤੇ ਮੇਵਿਆਂ ਦਾ ਵੀ ਕਾਰੋਬਾਰ ਹੁੰਦਾ ਜੀ ਸੋ ਤਾਲਿਬਾਨ ਨੇ ਉਸ ਦੇ ਜਰੀਏ ਪੈਸਾ ਕੰਟਰੋਲ ਕਰਕੇ ਜਿਹੜਾ ਸੀ ਉਹ ਸਾਰਾ ਹਾਸਲ ਕੀਤਾ ਤੇ ਚਲਾਉਂਦੇ ਰਹੇ ਪਰ ਉਹਨਾਂ ਦੇ ਫਿਰ ਕੁਝ ਜਿਹੜੇ ਦੋਗਲੇ ਚਿਹਰੇ ਸੀ ਉਹ ਦੁਨੀਆ ਸਾਹਮਣੇ ਜਿਹੜੇ ਆਉਣ ਲੱਗੇ ਇੱਕ ਤੇ ਮੈਂ ਭਗਵਾਨ ਬੁੱਧ ਦੀਆਂ ਮੂਰਤੀਆਂ ਦਾ ਦੱਸਿਆ ਫਿਰ ਇਹ ਰੇਡ ਇੰਡੀਆ ਦਾ ਜਹਾਜ਼ ਉਸ ਤੋਂ ਪਹਿਲਾਂ ਜਿਹੜਾ ਅਗਵਾ ਹੁੰਦਾ ਹੈ ਇਹ ਰੇਡੀਆਂ ਦਾ ਜਹਾਜ਼ ਅਗਵਾ ਹੋ ਕੇ ਪਾਕਿਸਤਾਨ ਜਾਂਦਾ ਹੈ ਪਾਕਿਸਤਾਨ ਵਾਲੇ ਉਸ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੰਦੇ ਫਿਰ ਜਹਾਜ਼ ਦਾ ਪਾਇਲਟ ਕਹਿੰਦਾ ਕਿ ਤੇਲ ਖਤਮ ਹੋਣ ਵਾਲਾ ਹੈ ਜੇ ਤੁਸੀਂ ਨਾ ਇਜਾਜ਼ਤ ਦਿੱਤੀ ਤੇ ਉਸ ਨੂੰ ਉਹ ਸੜਕਾ ਤੇ ਮੈਂ ਉਤਾਰ ਦੇਣਾ ਤੇ じゃ ਕ੍ਰੈਸ਼ ਹੋ ਜਾਣਾ ਹੈ ਜੀ ਉਸ ਨੂੰ ਉਤਰਨ ਦਿੱਤਾ ਇਸ ਸ਼ਰਤ ਦੇ ਤਹਿਤ ਕਿ ਤੁਸੀਂ ਉਸੇ ਬਲੇਸ ਨੂੰ ਉਡਾ ਲੈਣਾ ਹੈ ਜੀ ਤੇ ਉਡਾ ਕੇ ਤੇ ਤੁਸੀਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਸਾਡੀ ਸਾਡੀ ਜ਼ਮੀਨ ਤੇ ਤੁਸੀਂ ਨਹੀਂ ਰੱਖਣਾ ਜੀ ਉਸ ਵਿੱਚ 6-7 ਹਥਿਆਰਮਦ ਵਿਅਕਤੀ ਨੇ ਉਹ ਮੰਗ ਕਰ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੇ ਖਾਸ ਜਿਹੜੇ ਨੇ ਅਤਵਾਦੀ ਭਰਾ ਜਿਹੜੇ ਨੇ ਉਹਨਾਂ ਦਾ ਸਕਾ ਭਰਾ ਵੀ ਸਿੱਖ ਜੀ ਉਹਨਾਂ ਨੂੰ ਜਿਹੜਾ ਸੀ ਛੱਡ ਦਿੱਤਾ ਜਾਵੇ ਤੇ ਫਿਰ ਯਾਤਰੀਆਂ ਨੂੰ ਰਿਹਾ ਕਰਾਂਗੇ ਜੀ ਜਹਾਜ਼ ਉੱਥੋਂ ਉੱਡਦਾ ਹੈ ਅੰਮ੍ਰਿਤਸਰ ਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਫਿਰ ਤੇਲ ਉਸ ਨੂੰ ਪਾਇਆ ਜਾਂਦਾ ਜੀ ਤੇ ਉੱਥੋਂ ਫਿਰ ਉਡਾ ਲਿਆ ਜਾਂਦਾ ਹੈ ਤੇ ਫਿਰ ਘੁੰਮਦਾ ਘਮਾਉਂਦਾ ਅਖੀਰ ਜਿਹੜਾ ਸੀ ਉਹ ਟਕਾਣੇ ਤੇ ਪਹੁੰਚਦਾ ਜੀ ਉਹ ਪਹੁੰਚਦਾ ਅਫਗਾਨਿਸਤਾਨ ਕੰਦਾਰ 에어ਪੋਰਟ ਤੇ ਜੀ ਕੰਦਾਰ 에어ਪੋਰਟ ਤੇ ਆਹੇ ਤਾਲਿਬਾਨ ਲੜਾਕੇ ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਜੀ ਅਸਾਲ ਟਰਾਈਫਲਾਂ ਤੇ ਬੁਕੜਾਂ ਮਾਰੀਆਂ ਹੋਈਆਂ ਜੀ ਤੇ ਲੂਜ਼ ਕੱਪੜੇ ਪਾਏ ਹੋਏ ਤੇ ਉਹ ਬਿਲਕੁਲ ਉਹ 에어ਪੋਰਟ ਤੇ ਘੁੰਮ ਰਹੇ ਨੇ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਜੀ ਔਰ ਹੈਰਾਨ ਹੁੰਦੇ ਨੇ ਪਾਇਲਟ ਵੀ ਦੇਖ ਕੇ ਗਿਆ ਕਿੱਥੇ ਸਾਨੂੰ ਉਤਾਰ ਲਿਆ ਗਿਆ ਜੀ ਉਹ ਜਹਾਜ਼ ਦੀ ਕਸ਼ਮਕਸ਼ 2 3 4 ਦਿਨ ਚੱਲਦੀ ਆ ਅਖੀਰ ਬਾਜਪੀ ਸਰਕਾਰ ਝੁਕਦੀ ਹੈ ਜੀ ਉਹਨਾਂ ਅਤਵਾਦੀਆਂ ਨੂੰ ਛੱਡਣ ਦਾ ਫੈਸਲਾ ਲੈਂਦੀ ਹੈ ਜੀ ਉਹਨਾਂ ਅਤਵਾਦੀਆਂ ਨੂੰ ਇੱਕ ਜਹਾਜ਼ ਦੇ ਵਿੱਚ ਬਿਠਾ ਕੇ ਨਾਲ ਪਰਦਾ ਵਿਦੇਸ਼ ਮੰਤਰੀ ਜਾਂਦਾ ਉਸ ਵੇਲੇ ਦਾ ਜਸਵੰਤ ਸਿੰਘ ਜੀ ਉਹ ਜਾਂਦੇ ਨੇ ਤੇ ਉੱਥੇ ਇੱਕ ਉਸ ਜਹਾਜ਼ ਦੇ ਵਿੱਚ ਉਹ ਜਾਂਦੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਜੀ ਤੇ ਤਾਲਿਬਾਨ ਦੇ ਸਾਹਮਣੇ ਅਲ ਕਾਇਦਾ ਦੇ ਬੰਦੇ ਜਾਂ ਤਾਲਿਬਾਨ ਦੇ ਆਪਣੇ ਬੰਦੇ ਉਹਨਾਂ ਛੱਡੇ ਹੋਏ ਆਤਵਾਦੀਆਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਇੱਥੋਂ ਭੱਜ ਜਾਂਦੇ ਨੇ ਤੇ ਜਿਹੜਾ ਜਹਾਜ਼ ਹੈ ਜਿਹੜਾ ਅਗਵਾ ਕੀਤਾ ਹੋਇਆ ਸੀ ਉਸ ਨੂੰ ਸ਼ਰਤ ਦਿੱਤਾ ਜਾਂਦਾ ਇੱਕ ਵਿਅਕਤੀ ਨੂੰ ਵਿੱਚ ਮਾਰ ਦਿੱਤਾ ਗਿਆ ਸੀ ਫਿਰ ਉਹ 4-5 ਦਿਨ ਜਹਾਜ਼ ਦੇ ਵਿੱਚ ਰਹਿਣ ਤੋਂ ਬਾਅਦ ਮੁਸਾਫਰ ਬੇਹਾਲ ਹੋਏ ਉਹਨਾਂ ਨੂੰ ਸਾਡੇ ਵਿਦੇਸ਼ ਮੰਤਰੀ ਜਹਾਜ਼ ਚ ਵਾਪਸ ਲੈ ਕੇ ਆਉਂਦੇ ਨੇ ਤਾਲਿਬਾਨ ਨੇ ਨਾ ਇਸਤੇ ਕੋਈ ਕਾਰਵਾਈ ਕੀਤੀ ਨਾ ਅਫਸੋਸ ਨਾ ਖੁਸ਼ੀ ਨਾ ਗਮੀ ਕੱਖ ਨਹੀਂ ਕੀਤਾ ਸਾਰੀ ਦੁਨੀਆ ਚੁੱਪ ਰਹੀ ਭਾਰਤ ਉਸ ਵੇਲੇ ਬੇਵਸ ਨਜ਼ਰ ਆਇਆ ਪਰ ਤਾਲਿਬਾਨ ਦੇ ਫਿਰ ਹੌਲੀ ਹੌਲੀ ਫੇਸ ਜਿਹੜੇ ਸਾਹਮਣੇ ਆਏ ਉਹ ਦੁਨੀਆ ਦੇ ਨਾਲ ਜਿਹੜਾ ਸੀ ਇਟ ਖੜਕਾ ਲੈਣ ਲੱਗ ਪਿਆ ਤੇ ਅਲ ਕਾਇਦਾ ਨੂੰ ਪਨਾਹ ਦਿੱਤੀ ਅਲ ਕਾਇਦਾ ਅਤਵਾਦੀ ਸੰਗਠਨ ਸੀ ਜੀ ਅਤ ਭਾਵੇਂ ਕਿ ਤਾਲਿਬਾਨ ਆਪਣੇ ਆਪ ਵਿੱਚ ਅਤਵਾਦੀ ਸੰਗਠਨ ਨਹੀਂ ਸੀ ਜੀ ਪਰ ਉਸ ਦੇਸ਼ ਦੀ ਸਰਕਾਰ ਚਲਾ ਰਹੀ ਸੀ ਇਸ ਤਰ੍ਹਾਂ ਉਹਨਾਂ ਨੂੰ ਅਤਵਾਦੀ ਤੇ ਨਹੀਂ ਸੀ ਆਖਿਆ ਜਾ ਸਕਦਾ ਜੀ ਪਰ ਅਲ ਕਾਇਦਾ ਨੂੰ ਉਹਨਾਂ ਨੇ ਪਨਾਹ ਦਿੱਤੀ ਜਿਹੜੇ ਵਿਅਕਤੀ ਭਾਰਤ ਸਰਕਾਰ ਨੇ ਛੱਡੇ ਸੀ ਉਹਨਾਂ ਵਿੱਚੋਂ ਇੱਕ ਮਾਸਟਰਮਾਈਂਡ ਤੇ ਹੋਰ ਨਾਲ ਰਲ ਕੇ ਫਿਰ ਇਹਨਾਂ ਨੇ ਵਰਲਡ ਟ੍ਰੇਡ ਸੈਂਟਰ ਤੇ ਹਮਲੇ ਦੀ ਵਿਉਂਤਬੰਦੀ ਬਣਾਈ ਜੀ ਉਹ ਸਾਰਾ ਹੀ ਜਿਹੜੀ ਘਾੜਤ ਕੜੀ ਗਈ ਉਹ ਅਫਗਾਨਿਸਤਾਨ ਦੀ ਧਰਤੀ ਤੇ ਕੜੀ ਗਈ ਤੇ ਵਲਟ੍ਰੇਡ ਸੈਂਟਰ ਦੇ ਵਿੱਚ ਜਹਾਜ਼ ਮਾਰੇ ਗਏ ਪੈਂਟਾਗਨ ਦੀ ਮਰਦ ਦੇ ਵਿੱਚ ਵੀ ਲੱਗਾ ਤੇ ਇੱਕ ਜਹਾਜ਼ ਪੈਸੇ ਜਿਹੜਾ ਸੀ ਉਹ ਅਮਰੀਕਾ ਨੇ ਸਿੱਟ ਲਿਆ ਜੀ ਇਸ ਤਰ੍ਹਾਂ ਚਾਰ ਜਹਾਜ਼ ਇੱਕੋ ਦਿਨ ਜਿਹੜੇ ਸੀ ਕੁਝ ਘੰਟਿਆਂ ਦੇ ਵਿੱਚ ਅਗਵਾ ਕੀਤੇ ਗਏ ਜੀ ਸਾਰੀ ਦੁਨੀਆ ਵਿੱਚ ਛਫੜਾ ਤਪੜੀ ਪੈ ਗਈ ਉਸ ਤੋਂ ਬਾਅਦ ਇਹ ਘਟਨਾਵਾ ਤੁਸੀਂ ਜਾਣ ਦਿਓ ਜੀ ਕਿ ਸਤੰਬਰ 11 ਸੀ ਤੇ ਫਿਰ ਜਾਰਜ ਡਬਲਯੂ ਬੁਸ਼ ਨੇ ਐਲਾਨ ਕੀਤਾ ਕਿ ਤਾਲਿਬਾਨ ਨੂੰ ਅਸੀਂ ਕੰਡੈਮਨਡ ਕਰਦੇ ਹਾਂ ਇਹ ਹਲਕਾਇਦਾ ਨਾਲ ਰਲੇ ਹੋਏ ਤੇ ਅਸੀਂ ਇਹਨਾਂ ਨੂੰ ਖਤਮ ਕਰਕੇ ਇਹਨਾਂ ਦਾ ਇਹਨਾਂ ਦਾ ਸਾਹ ਲਵਾਂਗੇ ਜੀ ਖੈਰ ਉਹਨ ਉਤ ਉਸ ਤੋਂ ਬਾਅਦ ਜਿਹੜਾ ਸੀ ਜਿਵੇਂ ਜੋ ਕੀਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਜੀ। ਪਰ ਤਾਲਿਬਾਨ ਇਸੇ ਤਰ੍ਹਾਂ ਹੀ ਚੱਲਦਾ ਹੈ। ਇਹ ਸਾਰੀ ਦੁਨੀਆ ਨੇ ਦੇਖਿਆ ਪਰ ਹੁਣ ਕਿਵੇਂ ਚੱਲੇਗਾ ਇਹ ਸੀ ਬਾਅਦ ਵਿੱਚ ਗੱਲ ਕਰਦੇ ਆ। ਤੇ ਭਵਿੱਖ ਦੀ ਗੱਲ ਕਰਨ ਤੋਂ ਪਹਿਲਾਂ ਜੇ ਗੱਲ ਕਰੀਏ ਤਾਲਿਬਾਨ ਆਗੂ ਜਿਨੇ ਕਮਾਂਡ ਸੰਭਾਲੀ ਹੈ ਉਹ ਕਹਿੰਦਾ ਕਿ ਔਰਤਾਂ ਨੂੰ ਹੁਣ ਅਸੀਂ ਸਿੱਖਿਆ ਦਾ ਅਧਿਕਾਰ ਦਵਾਂਗੇ। ਤੇ ਇਧਰੋਂ ਦੂਜੀਆਂ ਦੇਸ਼ਾਂ ਦੀਆਂ ਸਰਕਾਰਾਂ ਜਿਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਉਹ ਕਹਿੰਦੇ ਕਿ ਅਸੀਂ ਤਾਲਿਬਾਨ ਸਰਕਾਰ ਨੂੰ ਮੰਨਦੇ ਨਹੀਂ ਜੇ ਮੰਨਦੇ ਨਹੀਂ ਤੇ ਉਹ ਫਿਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣਗੇ ਬਾਕੀ ਤਾਲਿਬਾਨ ਦੀ ਸਰਕਾਰ ਨੂੰ ਮੰਨਣ ਵਾਲੇ ਪਹਿਲਾਂ ਵੀ ਸੀ ਜੀ ਜਿਨ੍ਹਾਂ ਹੁਣ ਜਦੋਂ ਕਿਸੇ ਦੇਸ਼ ਦੇ ਵਿੱਚ ਕੋਈ ਸਰਕਾਰ ਬਣਦੀ ਹੈ ਜੀ ਤੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਇਸੇ ਦੂਸਰੇ ਪ੍ਰਭੂ ਸੱਤਾ ਵਾਲੇ ਸਵਰਨ ਕੰਟਰੀ ਦੀ ਸਰਕਾਰ ਸਾਨੂੰ ਮਾਨਤਾ ਦੇ ਦੇਵੇ ਜੀ ਜੇ ਤਾਲਿਬਾਨ ਨੂੰ ਸਭ ਤੋਂ ਪਹਿਲਾਂ ਮਾਨਤਾ ਕਿਸ ਨੇ ਦਿੱਤੀ ਹੋਵੇਗੀ ਪਾਕਿਸਤਾਨ ਪਾਕਿਸਤਾਨ ਨੇ ਦਿੱਤੀ 사우ਦੀ ਅਰਬ ਨੇ ਵੀ ਦਿੱਤੀ ਤੇ ਇੱਕ ਦੋ ਹੋਰ ਮੁਲਕਾਂ ਨੇ ਵੀ ਦਿੱਤੀ ਜੀ ਤੇ ਪਾਕਿਸਤਾਨ ਨੇ ਮਾਨਤਾ ਵੀ ਸਭ ਤੋਂ ਅਖੀਰ ਵਿੱਚ ਵਾਪਸ ਲਈ ਜੀ ਤੇ ਹੁਣ ਵੀ ਜੇ ਤਾਲਿਬਾਨ ਨੂੰ ਕੋਈ ਮਾਨਤਾ ਦੇਵੇਗਾ ਤਾਂ ਪਾਕਿਸਤਾਨ ਉਸ ਵਿੱਚ ਪਹਿਲਾ ਦੇਸ਼ ਹੋਵੇਗਾ ਜੀ ਭਾਵੇਂ ਕਿ ਸਥਿਤੀ ਪਾਕਿਸਤਾਨ ਦੀ ਬਹੁਤੀ ਬਿਹਤਰ ਨਹੀਂ ਹੈ ਪਾਕਿਸਤਾਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਾਡੇ ਸਾਡੀ ਬਾਰਡਰ ਤੇ 24-2500 ਕਿਲੋਮੀਟਰ ਲੰਮਾ ਬਾਰਡਰ ਹੈ ਅਫਗਾਨਿਸਤਾਨ ਨਾਲ ਤੇ ਇੱਥੇ ਪਤਾ ਨਹੀਂ ਕਿੰਨੇ ਸ਼ਰਨਾਰਥੀ ਆ ਕੇ ਬੈਠ ਜਾਣੇ ਅਸੀਂ ਉਹਨਾਂ ਦਾ ਕੀ ਕਰਾਂਗੇ ਫਿਰ ਉੱਥੋਂ ਟ੍ਰੇਨ ਹੋ ਕੇ ਅਤਵਾਦੀ ਆਉਣਗੇ ਇਹਨਾਂ ਦੇ ਵਿੱਚ ਇਹੋ ਜਿਹੇ ਵਿਅਕਤੀ ਵੀ ਹਨ ਜਿਹੜੇ ਇਸ ਤਰ੍ਹਾਂ ਦੇ ਮਿਸ਼ਨ ਜਿਹੜੇ ਹਨ ਅਤਵਾਦੀ ਮਿਸ਼ਨ ਨੂੰ ਪਾਕਿਸਤਾਨ ਦੀ ਧਰਤੀ ਤੋਂ ਚਲਾਉਂਦੇ ਰਹੇ ਨੇ ਪਾਕਿਸਤਾਨ ਨੂੰ ਉਹਨਾਂ ਦਾ ਵੀ ਫਿਕਰ ਹੈ ਪਰ ਜਿਹੜਾ ਸਰਕਾਰਾਂ ਨੂੰ ਮਾਨਤਾ ਦੇਣੀ ਜਾਂ ਨਹੀਂ ਦੇਣੀ ਅਜੇ ਸਾਰੀ ਦੁਨੀਆ ਨੇ ਫਿੰਗਰਸ ਕਰਾਸ ਕੀਤੀਆਂ ਹੋਈਆਂ ਨੇ ਅਜੇ ਇਸ ਦੇ ਵਿੱਚ ਕੋਈ ਬੋਲ ਨਹੀਂ ਰਿਹਾ ਤਾਲਿਬਾਨ ਨੂੰ ਦੇਖ ਕੇ ਫਿਰ ਜਿਹੜੇ ਹਨ ਫੈਸਲੇ ਜਿਹੜੇ ਬਾਕੀ ਦੇਸ਼ ਉਹ ਲੈਣਗੇ ਜੀ ਤੇ ਕੁਲਦੀਪ ਜੀ ਜਿਹੜੇ ਅਫਗਾਨਿਸਤਾਨ ਵਿੱਚੋਂ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਸੱਦਨ ਦੀ ਗੱਲ ਹੈ ਜਿੱਦਾਂ ਭਾਰਤ ਦੀ ਗੱਲ ਕਰੀ ਤੇ ਉਹਨਾਂ ਨੇ ਕੁਝ ਲੈ ਆਂਦੇ ਨੇ ਆਪਣੇ ਜਿਹੜੇ ਉੱਥੋਂ ਦੇ ਨਾਗਰਿਕ ਸੀਗੇ ਤੇ ਬਾਕੀ ਦੇਸ਼ਾਂ ਨੇ ਵੀ ਕਿਹਾ ਵੀ ਅਸੀਂ ਇੰਨੇ ਕੁ ਸ਼ਰਨਾਰਥੀਆਂ ਨੂੰ ਆਪਣੇ ਦੇਸ਼ 'ਚ ਜਗ੍ਹਾ ਦੇਣ ਲਈ ਤਿਆਰ ਆਂ ਇਧਰ ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕਰ ਦਿੱਤੀ ਹੈ ਕਿ ਤੁਸੀਂ ਵਿਸ਼ੇਸ਼ ਤੌਰ ਤੇ ਜਹਾਜ਼ ਭੇਜੋ ਤੇ ਉੱਥੇ ਸਿੱਖ ਜਿਹੜੇ ਤੇ ਹੋਰ ਘਟ ਗਿਣਤੀ ਭਾਈਚਾਰਾ ਨੂੰ ਛੇਤੀ ਤੋਂ ਛੇਤੀ ਲਿਆਓ ਇਸ ਸਾਰੀਆਂ ਸਰਕਾਰਾਂ ਸੱਚਮੁੱਚ ਉਹਨਾਂ ਦੀ ਅਸਲ 'ਚ ਮਦਦ ਕਰਨਾ ਚਾਹੁੰਦੀਆਂ ਨੇ ਜਾਂ ਸਮੇਂ ਨੂੰ ਵੇਚਦੇ ਇਹੋ ਜਿਹੇ ਫੈਸਲੇ ਲੈ ਜਾ ਰਹੇ ਨੇ ਮਸਤ ਮਦਦ ਕਰਨਾ ਵੀ ਚਾਹੁੰਦੇ ਸੀ ਫੇਰ ਨਾਮ ਜਾਂਦਾ ਸਦਾ ਮਨਮੀਤ ਸਿੰਘ ਭੁੱਲਰ ਦਾ ਕੈਨੇਡਾ ਦੀ ਧਰਤੀ ਤੇ ਜੀ ਓਲਬਰਟਾ ਦੇ ਮੰਤਰੀ ਸਨ ਤੇ ਉਹਨਾਂ ਨੇ ਉਦੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਤੇ ਗਏ ਵੀ ਉਹਨਾਂ ਦੇ ਮਦਦ ਕੀਤੀ ਅਫਗਾਨੀ ਸਿੱਖ ਫੈਮਿਲੀ ਜਿਹੜੀਆਂ ਸੀ ਕੈਨੇਡਾ ਦੀ ਧਰਤੀ ਤੇ ਪਹੁੰਚੀਆਂ ਹੁਣ ਵੀ ਜਸਟਨ ਟਰੂਡੋ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸੈਟਲ ਕਰਾਂਗੇ ਜਗ੍ਹਾ ਦੇਵਾਂਗੇ ਬਾਕੀ ਦੇਸ਼ਾਂ ਵੱਲ ਨੂੰ ਅਫਗਾਨੀ ਹਸਰਤ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਨੇ ਜੀ ਅਮਰੀ ਆਪਣੇ ਕੁਝ ਟਰਾਂਸਲਿਟਰ ਦੁਪਾਸ਼ੀਏ ਜਿਹੜੇ ਹੁੰਦੇ ਨੇ ਜਿਹੜੇ ਅਮਰੀਕਾ ਦੀ ਮਦਦ ਕਰਦੇ ਰਹੇ ਨੇ ਇਸ 20 ਸਾਲਾਂ ਦੇ ਵਿੱਚ ਜੀ ਜਿਨ੍ਹਾਂ ਨੇ ਅਫਗਾਨੀ ਬੋਲੀ ਦੇ ਵਿੱਚ ਪਸ਼ਤੂ ਜਾਂ ਹੋਰ ਨਾ ਬੋਲੀਆਂ ਦੇ ਵਿੱਚ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਦੱਸਿਆ ਕਿ ਕੀ ਹੁੰਦਾ ਤੇ ਕਿਤੇ ਗੱਲ ਕਰਨੀ ਪੈਂਦੀ ਸੀ ਉਹਨਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ ਉਹਨਾਂ ਨੂੰ ਡਬਲ ਕਰਾਸ ਵੀ ਕਈ ਨਿਕਲੇ ਨਾ ਉਹਨਾਂ ਵਿੱਚੋਂ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਜਗ੍ਹਾ ਜਿਹੜੀ ਸੀ ਅਮਰੀਕਨ ਸਰਕਾਰ ਨੇ ਉੱਥੇ ਦਿੱਤੀ ਆ ਉਹਨਾਂ ਦੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਅਜੇ ਦੁਨੀਆ ਪਰ ਜਿਹੜੀ ਆ ਉਹ ਉਹ ਅਜੇ ਤੇ ਜਿਹੜੇ ਮੇਨ ਖਾਸ ਖਾਸ ਬੰਦੇ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਬਾਅਦ ਵਿੱਚ ਕਿਹਨੂੰ ਉੱਥੋਂ ਕੱਢਿਆ ਜਾਵੇਗਾ ਨਹੀਂ ਕੱਢਿਆ ਜਾਵੇਗਾ ਕੈਪਟਨ ਮਨਿੰਦਰ ਸਿੰਘ ਨੇ ਵੀ ਆਖਿਆ ਕਿ ਉੱਥੇ ਸਿੱਖੇ ਨੇ ਰਹਿੰਦੇ ਨੇ ਹਿੰਦੂ ਇੱਥੇ ਰਹਿੰਦੇ ਨੇ ਉਹਨਾਂ ਦਾ ਕੁਝ ਕੀਤਾ ਜਾਵੇ ਬਹੁਤ ਥੋੜੀ ਗਿਣਤੀ ਆ ਮੇਰਾ ਮੈਨੂੰ ਲੱਗਦਾ ਕਿ ਸਰਕਾਰ ਜੇ ਪਾਰਾ ਸਰਕਾਰ ਚਾਵੇ ਜੇ ਪੰਜਾਬ ਸਰਕਾਰ ਹੀ ਚਾਵੇ ਜੇ ਇੱਥੋਂ ਤੱਕ ਸਾਡੀ ਸ਼ਰੋਣੀ ਕਮੇਟੀ ਵੀ ਬੀੜਾ ਚ ਤੇ ਇਸ ਭਾਰਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਕੋਈ ਇੱਥੇ ਆ ਕੇ ਰਹਿਣਾ ਚਾਹਣ ਤੇ ਆਪਣੀ ਜ਼ਿੰਦਗੀ ਨੂੰ ਗਾਂ ਤੋੜਨ ਵਾਸਤੇ ਚੰਗੇ ਮਾਹੌਲ ਦੇ ਵਿੱਚ ਰਹਿਣ ਖੁੱਲੇ ਮਾਹੌਲ ਦੇ ਵਿੱਚ ਰਹਿਣ ਉਹਨਾਂ ਦੀ ਜ਼ਿੰਦਗੀਆਂ ਜੁਖਮ ਵਿੱਚ ਪਾਉਣ ਦਾ ਉੱਥੇ ਕੋਈ ਅਰਥ ਨਹੀਂ ਜੀ ਤੇ ਗੁਲਦੀਪ ਜੀ ਵੈਸੇ ਕੋਈ ਵੀ ਜੰਗ ਲੜਨੀ ਹੋਏ ਤੇ ਉਹਦੇ ਲਈ ਹਥਿਆਰ ਚਾਹੀਦੇ ਨੇ ਤੇ ਹਥਿਆਰਾਂ ਨੂੰ ਖਰੀਦਣ ਲਈ ਪੈਸਾ ਚਾਹੀਦਾ ਤੇ ਤਾਲਿਬਾਨੇ ਪੈਸਾ ਕਿੱਥੋਂ ਇਕੱਠਾ ਕਰਦਾ ਜਦੋਂ ਰੂਸ ਵਾਲੇ ਇੱਥੋਂ ਛੱਡ ਕੇ ਗਏ ਤੇ ਉਹਨਾਂ ਦੇ ਪੁਰਾਣੇ ਹਥਿਆਰ ਇਹ ਬਹੁਤ ਪੈਸੀ ਸੜਕਾਂ ਤੇ ਟੈਂਕ ਖੜੇ ਸੀ ਜੀ ਉਹ ਵੀ ਵਰਤੇ ਤੇ ਫੇਰ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਅਮਰੀਕਾ ਵੀ ਇਹਨਾਂ ਦੀ ਮਦਦ ਕਰਦਾ ਰਿਹਾ ਕਿ ਰੂਸ ਨੂੰ ਇਥੋਂ ਛੇਤੀ ਕਟੋ ਤੇ ਪਾਕਿਸਤਾਨ ਦੇ ਸਰੂ ਉਹਨਾਂ ਨੂੰ ਸਾਰੇ ਹਥਿਆਰ ਮਿਲਦੇ ਰਹੇ ਨੇ ਬਹੁਤ ਵੱਡੇ ਹਥਿਆਰ ਉਹਨਾਂ ਨੂੰ ਪਰ ਨਹੀਂ ਦਿੱਤੇ ਗਏ ਆਰ ਪੀ ਜੀ ਰਾਕਟ ਪਰ ਪਰਲਡ ਗਰਨੇਡ ਅਸਾਲਟ ਰਾਈਫਲਾਂ ਕੁਝ ਤੋਪਾਂ ਕੋ ਟੁੱਟੇ ਪਜੇ ਟੈਂਕ ਫੌਜੀ ਗੱਡੀਆਂ ਬਖਤਰਬੰਦ ਗੱਡੀਆਂ ਇਹ ਸਾਰੀਆਂ ਉਹਨਾਂ ਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹੀਆਂ ਨੇ ਅੱਜ ਤੇ ਹੁਣ ਤੇ ਉਹਨਾਂ ਕੋਲ ਬਹੁਤ ਬਹੁਤ ਨਹੀਂ ਕਿਉਂਕਿ ਅਮਰੀਕਨ ਫੌਜ ਤੇ ਚਲੀ ਗਈ ਹੈ ਕੁਝ ਗੱਡੀਆਂ ਉੱਥੇ ਵੈਸੇ ਹੀ ਛੱਡ ਗਈ ਹੈ ਕਿਸਾਨ ਨੂੰ ਤੇ ਲੋੜ ਨਹੀਂ ਅਸੀਂ ਇਹਨੇ ਚੁੱਕ ਕੇ ਲਿਆ ਕੇ ਕੀ ਕਰਨਾ ਤੇ ਕੁਝ ਉਹ ਉਹਨਾਂ ਨੇ ਖਤਮ ਕਰ ਦਿੱਤੀਆਂ ਨੇ ਹੁਣ ਹਥਿਆਰ ਤੇ ਉਹਨਾਂ ਕੋ ਨਵੇਂ ਆਏ ਪਏ ਨੇ ਜੀ ਸੋ ਨਵੇਂ ਹਥਿਆਰ ਹੈ ਜਾਂ ਕੋਈ ਸਮਾਵਰਤਣਗੇ ਪਰ ਗਾਂ ਉਹਨਾਂ ਨੂੰ ਕੌਣ ਦੇਵੇਗਾ ਜਾਂ ਨਹੀਂ ਦੇਵੇਗਾ ਇਸ ਗੱਲ ਦਾ ਅਜੇ ਨਹੀਂ ਪਤਾ ਤੇ ਕੁਲਦੀਪ ਜੀ ਆਪਾਂ ਮੁੱਦਿਆਂ ਤੇ ਚਰਚਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ ਸੋ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕ ਜੁੜੇ ਰਹਿਣਾ ਤੁਸੀਂ ਇਸੇ ਤਰ੍ਹਾਂ ਨੈਸ਼ਨਲ ਟੀਵੀ ਦੇ ਨਾਲ ਬਸ ਬਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਅਕਵੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ ਗੱਲ ਹੁਣ ਅਫਗਾਨਿਸਤਾਨ ਦੀ ਕਰ ਰਹੇ ਸੀ ਤਾਲੀਬਾਨ ਹਤਕਮਾਨ ਆ ਗਈ ਹੈ ਤੇ ਇਹਦੀ ਕਮਾਨ ਅਸਲ ਦੇ ਵਿੱਚ ਕਿਹੜੀ ਸ਼ਖਸੀਅਤ ਦੇ ਕੋਲ ਹੈ ਇਸ ਵੇਲੇ ਦੋ ਤਿੰਨ ਵਿਅਕਤੀ ਨੇ ਜਿਨ੍ਹਾਂ ਦਾ ਨਾਮ ਜਿਹੜਾ ਪ੍ਰਮੁੱਖ ਤੌਰ ਤੇ ਲਿਆ ਜਾਂਦਾ ਜੀ ਇਹਨਾਂ ਵਿੱਚੋਂ ਇੱਕ ਤੇ ਹੈ ਹਿਬਤੁੱਲਾ ਜੀ ਉਹ ਵੀ ਇਸ ਸੰਗਠਨਾ ਜੁੜਿਆ ਹੋਇਆ ਪੁਰਾਣਾ ਵਿਅਕਤੀ ਹੈ ਉਸ ਦਾ ਭਰਾ ਇੱਕ ਜਿਹੜਾ ਅਮਰੀਕਨ ਟ੍ਰੋਲ ਹਮਲੇ ਦੇ ਵਿੱਚ ਮਾਰਿਆ ਜਾ ਚੁੱਕਾ ਜੀ ਇੱਕ ਅਖੰਡ ਜ਼ਾਦਾ ਹੈ ਜੀ ਉਸ ਦਾ ਇੱਕ ਸਭ ਤੋਂ ਵੱਡਾ ਰੋਲ ਜਿਹੜਾ ਦੱਸਿਆ ਜਾਂਦਾ ਹੈ ਕਿ ਜੋ ਕੁਵੇਤ ਜੋ ਕਤਰ ਦੀ ਧਰਤੀ ਤੇ ਅਮਰੀਕਨਾਂ ਨਾਲ ਮੀਟਿੰਗਾਂ ਹੋਈਆਂ ਸਿਆਸੀ ਜਿਹੜਾ ਵਿੰਗ ਹੈ ਜੀ ਇਹਨਾਂ ਦਾ ਤਾਲਿਬਾਨ ਦਾ ਉਸ ਨੂੰ ਹੈਂਡਲ ਕਰਦਾ ਹੈ ਜੀ ਤੇ ਉਹ ਇਹ ਲੜਾਕਿਆਂ ਨੇ ਕੀ ਕਰਨਾ ਹੈ ਕਿੱਧਰ ਨੂੰ ਜਾਣਾ ਸਾਰੀ ਪਲੈਨਿੰਗ ਜਿਹੜੀ ਉਸ ਦੇ ਕੋਲ ਹੁੰਦੀ ਹੈ ਇੱਕ ਤੇ ਉਹ ਵੀ ਹੋ ਸਕਦਾ ਸਰਾਜੋਦੀਨ ਹਕਾਨੀ ਇੱਕ ਨਾਂ ਇਸ ਨੇ ਇੱਕ ਹੱਤਵਾਦੀ ਸੰਗਠਨ ਬਣਾਇਆ ਬਣਾਇਆ ਹੋਇਆ ਸੀ ਹਕਾਨੀ ਨੈਟਵਰਕ ਹਕਾਨੀ ਨੈਟਵਰਕ ਤੇ ਇਹ ਦੋਸ਼ ਹੈ ਕਿ ਇਸ ਨੇ ਬਹੁਤ ਸਾਰੇ ਆਤਮ ਹਕਾਤੀ ਦਸਤੇ ਜਿਹੜੇ ਨੇ ਤਿਆਰ ਕੀਤੇ ਨੇ ਜੀ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਤੇ ਬੰਮ ਫਟੇ ਨੇ ਪਿਛਲੇ ਸਾਲਾਂ ਦੇ ਵਿੱਚ ਆਤਮ ਹਕਾਤੀ ਹਮਲੇ ਹੋਏ ਨੇ ਖੁਦਕੁਸ਼ ਹਮਲਾਵ ਕਹਿੰਦੇ ਨੇ ਆਪਣੀ ਬੋਲੀ ਦੇ ਵਿੱਚ ਉਰਦੂ ਚ ਜੀ ਉਹਨਾਂ ਦੇ ਸਭ ਤੋਂ ਜ਼ਿਆਦਾ ਜਿਹੜਾ ਟਾਰਗੇਟ ਹੈ ਉਹ ਇਸੇ ਵਿਅਕਤੀ ਤੇ ਜਾਂਦਾ ਇਸ ਨੂੰ 2010 ਚ ਪਾਕਿਸਤਾਨ ਜੀ ਗ੍ਰਿਫਤਾਰ ਵੀ ਕੀਤਾ ਗਿਆ ਸੀ ਫਿਰ 2018 ਚ ਛੱਡ ਦਿੱਤਾ ਗਿਆ ਜੀ ਇਹਨਾਂ ਵਿੱਚੋਂ ਸਭ ਤੋਂ ਜਿਹੜਾ ਇੱਕ ਮੇਨ ਸੀਨੀਅਰ ਬੰਦਾ ਜਿਹੜਾ ਹੈ ਤਾਲੇਬਾਨ ਦੇ ਸ਼ੁਰੂਆਤੀ ਸੰਸਥਾਪਕਾਂ ਦੇ ਵਿੱਚੋਂ ਬਚਿਆ ਹੋਇਆ ਅਮਰੀਕਨਾਂ ਦੀ ਇਮਾਰਤੋਂ ਜੀ ਉਹ ਹੈ ਮੁੱਲਾ ਅਬਦੁਲ ਗਨੀ ਬਰਾਦਰ ਮੁੱਲਾ ਬਰਾਦਰ ਕਹਿ ਕੇ ਉਹਨੂੰ ਜਿਹੜਾ ਹੈ ਜੀ ਉਹ ਸੰਬੋਧਨ ਕੀਤਾ ਜਾਂਦਾ ਹੋ ਸਕਦਾ ਹੈ ਕਿ ਉਸਨੂੰ ਰਾਸ਼ਟਰਪਤੀ ਬਣਾਉਣ ਜੀ ਤੇ ਕੋਈ ਪਤਾ ਨਹੀਂ ਜਿਸ ਤਰ੍ਹਾਂ ਦਾ ਉਹਨਾਂ ਦਾ ਸਿਸਟਮ ਹੈ ਕੋਈ ਪੱਕਾ ਕਨਸਟੀਟਿਊਸ਼ਨ ਨਹੀਂ ਹੈ ਤੇ ਆਰਗੇਨਾਈਜ਼ਡ ਹੋ ਕਿੰਨੇ ਕੁ ਨੇ ਜੀ ਤੇ ਫਿਰ ਇੱਥੇ ਖਾਨਾ ਜੰਗੀ ਚੱਲ ਪਵੇ ਜੀ ਤੇ ਪਹਿਲਾਂ ਜਿਵੇਂ ਹੋਇਆ ਸੀ ਜਦੋਂ ਸੋਵੀਅਤ ਭੱਜ ਗਏ ਤੇ ਫਿਰ ਇੱਥੇ ਹਾਫਸ ਵਿੱਚ ਇਹਨਾਂ ਦੀ ਲੜਾਈ ਜਿਹੜੀ ਸੀ ਸ਼ੁਰੂ ਹੋ ਗਈ ਸੀ ਜੀ ਕੀ ਇਸ ਵਾਰ ਵੀ ਇਦਾਂ ਹੋਵੇਗਾ ਇਸ ਵਾਰ ਹਜੇ ਕੁਝ ਨਹੀਂ ਕਹਿ ਸਕਦੇ ਪਰ ਇਹਨਾਂ ਵਿੱਚੋਂ ਮੁੱਲਾ ਬ੍ਰਾਦਰ ਜਿਹੜਾ ਹੈ ਉਸ ਨੂੰ ਹੋ ਸਕਦਾ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਮਿਲ ਜਾਵੇ ਜੀ ਤੇ ਕੁਲਦੀਪ ਜੀ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਨੇ ਕੱਲ ਤਿਰੰਗਾ ਝੰਡਾ ਫੈਰਾਇਆ ਪੰਜਾਬ ਕਾਂਗਰਸ ਭਵਨ ਦੇ ਵਿੱਚ ਤੇ ਉੱਥੇ ਉਹਨਾਂ ਨੇ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਉਹਨੂੰ ਲੈ ਕੇ ਕਾਫੀ ਲੋਕ ਸਵਾਲ ਚੁੱਕ ਰਹੇ ਨੇ ਭਾਸ਼ਾ ਤੇ ਸਵਾਲ ਵੀ ਚੁੱਕ ਰਹੇ ਨੇ ਜੀ ਤੇ ਕੁਝ ਲੋਕ ਵਾਵਾ ਵੀ ਕਰ ਰਹੇ ਨੇ ਜੀ ਉਹ ਇਹ ਹੈ ਕਿ ਜਿਵੇਂ ਧੁਮਾਕੇਦਾਰ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੀ ਉਹ ਸਟੇਜ ਤੋਂ ਦੂਸਰੀ ਵਾਰੀ ਕੀਤੀਆਂ ਨੇ ਇੱਕ ਤੇ ਉਦੋਂ ਜਦੋਂ ਤਾਜ ਪੋਸ਼ੀ ਸਮਾਗਮ ਹੋਇਆ ਸੀ ਜੀ ਸਿੱਧੂ ਕਿਸੇ ਖਾਸ ਕਾਰਨ ਕਰਕੇ ਧੁਮਾਕੇਦਾਰ ਭਾਸ਼ਣਾਂ ਨੂੰ ਤੇ ਵੱਡੇ ਵੱਡੇ ਬਿਆਨਾਂ ਨੂੰ ਅਗਾਹ ਦੀ ਤਿਆਰੀ ਸਮਝ ਰਹੇ ਨੇ ਜੀ ਸਿੱਧੂ ਨੂੰ ਇਹ ਪਲੈਨਿੰਗ ਕੌਣ ਦੇ ਰਿਹਾ ਕਰਕੇ ਜਾਂ ਸਿੱਧੂ ਖੁਦ ਹੀ ਆਪਣੇ ਬਲੂਪ੍ਰਿੰਟ ਤਿਆਰ ਕਰਦੇ ਨੇ ਜੀ ਤੇ ਭਾਸ਼ਣ ਲਿਖਦੇ ਤਾਂ ਨਹੀਂ ਬੋਲਦੇ ਨੇ ਪਰ ਉਹਨਾਂ ਨੇ ਜਿਸ ਤਰ੍ਹਾਂ ਦੀ ਬੋਲੀ ਵਰਤੀ ਹੈ ਜੀ ਸ਼ੁਰੂਆਤ ਉਹਨਾਂ ਨੇ ਸ਼ੇਰੋ ਸ਼ਾਇਰੀ ਦੇ ਨਾਲ ਵਿੱਚ ਵੀ ਸ਼ੇਰੋ ਸ਼ਾਇਰੀ ਉਹ ਕਰਦੇ ਗਏ ਜੀ ਦੇਸ਼ ਭਗਤੀ ਦੀ ਵੀ ਗੱਲ ਕੀਤੀ ਦੇਸ਼ ਦੀ ਆਜ਼ਾਦੀ ਦੀ ਵੀ ਗੱਲ ਕੀਤੀ ਤੇ ਯੂਥ ਨੂੰ ਨਾਲ ਤੋਰਨ ਦੀ ਵੀ ਗੱਲ ਉਹਨਾਂ ਨੇ ਕੀਤੀ ਜੀ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਯੂਥ ਨੂੰ ਰਿਪਰੈਜੈਂਟੇਸ਼ਨ ਦੇਣੀ ਹੈ ਕਈ ਮੀਡੀਆ ਆਊਟਲੈਟਸ ਨੇ ਇਸ ਤਰ੍ਹਾਂ ਵੇਖਿਆ ਕਿ ਯੂਥ ਨੂੰ ਟਿਕਟਾਂ ਜ਼ਿਆਦਾ ਦੇਵਾਂਗੇ ਜੀ ਲਫ਼ਜ਼ ਵੀ ਉਹਨਾਂ ਨੇ ਟਿਕਟਾਂ ਦਾ ਵਰਤਿਆ ਜੀ ਪਰ ਉਹ ਸ਼ਾਇਦ ਮੈਨੂੰ ਲੱਗਾ ਆਪਣੇ ਵਿਅਕਤੀਗਤ ਤੌਰ ਤੇ ਵੀ ਉਸ ਤੋਂ ਪਿੱਛੇ ਰੁਕ ਗਏ ਨੇ ਜੀ ਉਹ ਉਹਨਾਂ ਨੇ ਇਸ ਇਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਸ ਮੈਂ ਸਮਾਗਮ ਵਿੱਚ ਬੋਲ ਰਿਹਾ ਜੀ ਇੱਥੇ ਕਈ ਉਹ ਵੀ ਬੈਠੇ ਹੋਏ ਨੇ ਜੋ ਉਮਰਦਰਾਜ਼ ਨੇ ਤੇ ਟ੍ਰੈਕਟਰ ਦੇ ਚਾਹਵਾਨ ਨੇ ਤੇ ਮੇਰੇ ਨਾਲ ਤੁਰੇ ਹੋਏ ਨੇ ਜੀ ਤੇ ਜੇ ਮੈਂ ਇੱਥੇ ਇਹ ਕਹਿ ਦਿੰਦਾ ਕਿ ਯੂਥ ਨੂੰ ਟਿਕਟਾਂ ਦੇਵਾਂਗੇ ਤਾਂ ਫਿਰ ਇਹ ਕਿੱਥੇ ਜਾਣਗੇ ਜੀ ਖੈਰ ਉਹ ਕੰਟਰੋਲ ਜਾ ਉਹਨਾਂ ਨੇ ਕੀਤਾ ਤੇ ਥੋੜਾ ਜਿਹਾ ਗੋਲਮੋਲ ਲਫ਼ਜ਼ਾਂ ਦੇ ਵਿੱਚ ਉਹਨੂੰ ਲਪੇਟ ਦਿੱਤਾ ਜੀ ਜਿਹੜੀ ਇੱਕ ਗੱਲ ਉਹ ਬਾਰ-ਬਾਰ ਬਾਰ-ਬਾਰ ਕਰਦੇ ਨੇ ਉਹ ਹੈ ਅਕਾਲੀ ਦਲ ਦੇ ਬਾਰੇ ਬਿਆਨਵਾਜੀ ਜੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੋ ਸਿਆਸੀ ਸਟੇਜ ਕੋਈ ਹੋਵੇ ਜੀ ਤੇ ਤੁਸੀਂ ਆਪਣੇ ਵਿਰੋਧੀਆਂ ਦੇ ਬੋਲਣਾ ਹੈ ਉਹਨਾਂ ਨੇ ਤੁਹਾਡੇ ਵਿਰੁੱਧ ਬੋਲਣਾ ਹੈ ਸੁਖਵੀਰ ਬਾਦਲ ਬਿਕਰਮਜੀਤ ਸਿੰਘ ਮਜੀਠੀਆ ਤੇ ਹੋਰ ਅਕਾਲੀ ਦਲ ਦੇ ਆਗੂ ਪਿੱਕਟ ਉਹ ਵੀ ਨਹੀਂ ਕਰਦੇ ਜੀ ਪਰ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਪੰਜਾਬ ਦੇ ਲੋਕ ਵੇਖ ਰਹੇ ਨੇ ਪੰਜਾਬ ਦਾ ਇੱਕ ਖਾਸ ਵਰਗ ਜਿਹਦੇ ਵਿੱਚ ਨੌਜਵਾਨ ਵੀ ਸ਼ਾਮਲ ਨੇ ਬੁੱਧੀਜੀਵੀ ਵਰਗ ਵੀ ਹੈ ਜਿਹੜੇ ਉਸ ਨੂੰ ਠੀਕ ਸਮਝਦੇ ਨੇ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਜੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਵਜੋਤ ਸਿੰਘ ਸਿੱਧੂ ਹੁਣ ਜਿਸ ਮੁਕਾਮ ਤੇ ਪਹੁੰਚੇ ਨੇ ਜੀ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਭਾਸ਼ਾ ਤੋਂ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਜੀ ਜਿਹੜੀ ਸਾਡੇ ਰਿਸ਼ਤਿਆਂ ਦੀ ਗੱਲ ਹੈ ਬਹੁਤ ਸਾਰੇ ਵਿਅਕਤੀ ਆਖ ਦਿੰਦੇ ਨੇ ਕਿ ਇਹ ਕੋਈ ਗਾਲ ਥੋੜੋ ਜਿਹਾ ਤਾਂ ਰਿਸ਼ਤਾ ਹੈ ਜੀ ਸਾਲਾ ਲਫ਼ਜ਼ ਦੀ ਮੈਂ ਵਰਤੋਂ ਕਰ ਰਿਹਾ ਜੀ ਹੁਣ ਉਹ ਵਾਰ-ਵਾਰ ਜਿਹੜਾ ਕਹਿੰਦੇ ਨੇ ਸਾਲਾ ਸੁਖਬੀਰ ਦਾ ਸਾਲਾ ਹੂੰ ਹੂੰ ਇਹਦਾ ਕੀ ਮਤਲਬ ਹੈ ਜੀ ਕੀ ਉਹ ਬਾਕੀਆਂ ਨੂੰ ਉਹਤੇ ਮੂਰੇ ਬੈਠੇ ਹੋਆਂ ਨੂੰ ਜਾਂ ਮੀਡੀਆ ਆਊਟਲੈਟਸ ਨੂੰ ਜਾਂ ਲੋਕਾਂ ਨੂੰ ਮੂਰਖ ਸਮਝਦੇ ਨੇ ਕਿ ਉਹ ਕੀ ਕਹਿ ਰਹੇ ਨੇ ਜੀ ਜ਼ਾਹਿਰਾ ਤੌਰ ਤੇ ਜਿਸ ਤਰੀਕੇ ਨਾਲ ਉਹ ਕਹਿੰਦੇ ਨੇ ਜੀ ਉਹ ਸਿਰਫ ਗਾਲ ਕੱਢਣ ਤੋਂ ਵੱਧ ਹੋਰ ਕੁਝ ਨਹੀਂ ਜੀ ਲੰਬੂ ਫੁਲਾਣਾ ਇਹ ਉਹ ਇਸ ਤਰ੍ਹਾਂ ਉਸ ਤਰ੍ਹਾਂ ਇਹਦੇ ਕੋਲ ਕੀ ਸੀ ਇੱਕ ਵਾਰ ਜੇ ਤੁਹਾਡਾ ਡਾਇਲੋਗ ਹਿੱਟ ਹੋ ਹੀ ਗਿਆ ਸੂਪੀਓ ਸੂਪੀਓ ਤੁਸੀਂ ਵਾਰ-ਵਾਰ ਉਹੀ ਰਿਪੀਟ ਕਰੀ ਜਾਂਦੇ ਹੋ ਜੀ ਉਹੀ ਸ਼ੇਰ ਰਾਧੇ ਮਾਣ ਦੇ ਦਰਬਾਰ ਚ ਉਹੀ ਸ਼ੇਰ ਬਾਪੂ ਆਸਰਾਮ ਦੇ ਦਰਬਾਰ ਚ ਉਹੀ ਸ਼ੇਰ ਕਿਸੇ ਹੋਰ ਮੌਕੇ ਤੇ ਜੀ ਇਹ ਗੱਲਾਂ ਜਿਹੜੀਆਂ ਕੁਝ ਚੰਗੀਆਂ ਨੇ ਜੀ ਉਹਨਾਂ ਨੂੰ ਐਜ਼ ਅ ਪ੍ਰਧਾਨ ਕਾਂਗਰਸ ਪ੍ਰਧਾਨ ਪੰਜਾਬ ਦੇ ਯੂਥ ਨੂੰ ਜਿਵੇਂ ਸ਼ੁਰੂਆਤ ਉਹਨਾਂ ਨੇ ਭਾਸ਼ਣ ਦੀ ਕੀਤੀ ਕਿ ਯੂਥ ਨੂੰ ਗਾਈਡ ਕਰਨਾ ਹੈ ਯੂਥ ਨੂੰ ਚੈਨਲਾਈਜ਼ ਕਰਨਾ ਹੈ ਜੀ ਤੇ ਕਾਂਗਰਸ ਦਾ ਇੱਕ ਤਬਕਾ ਅੰਦਰ ਖਾਤੇ ਗੱਲਬਾਤ ਮੇਰੀ ਹੋ ਰਹੀ ਸੀ ਉਹ ਇਹ ਵੀ ਸੋਚ ਰਹੇ ਨੇ ਕਿ ਕੈਪਟਨ ਧੜੇ ਨੇ ਹੁਣ ਉਹਨਾਂ ਨੂੰ ਛੱਡ ਦਿੱਤਾ ਹੋਇਆ ਹੈ ਖੁੱਲਾ ਜੀ ਕਿ ਤੁਸੀਂ ਬੋਲੋ ਜੀ ਤੇ ਇਹ ਸੈਲਫ ਗੋਲ ਕਰ ਬੈਠਣਗੇ ਨਵਜੋਤ ਸਿੱਧੂ ਜਿਸ ਤਰ੍ਹਾਂ ਗੱਲਾਂ ਬਾਤਾਂ ਕਰ ਰਹੇ ਨੇ ਜੀ ਠੀਕ ਹੈ ਸੈਲਫ ਗੋਲ ਫੁੱਟਬਾਲ ਜਾਂ ਹਾਕੀ ਚ ਹੋ ਸਕਦਾ ਜੀ ਇਹ ক্রিকেট ਖੇਡ ਰਹੇ ਨੇ ਜੀ ਇਹਦੇ ਵਿੱਚ ਲਫ਼ਜ਼ ਆਉਂਦਾ ਹੇਟ ਵਿਕਟ ਜੀ ਆਪਣੇ ਆਪ ਆਊਟ ਹੋ ਜਾਣ ਕੇ ਉਹ ਜੀ ਇਹ ਹੁਣ ਹੋਣਗੇ ਕਿ ਨਹੀਂ ਹੋਣਗੇ ਤੇ ਸਿੱਧੂ ਜਾਣਦੇ ਨੇ ਜੀ ਕਿਉਂ ਵਾਕਈ ਇੰਨੇ ਜੋਸ਼ ਨਾਲ ਬੋਲਦੇ ਨੇ ਜਾਂ ਇਹ ਕੌਨਸ਼ੀਅਸ ਮਾਈਂਡ ਦੇ ਨਾਲ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਜਾਂ ਇੱਕ ਖਾਸ ਵਰਗ ਨੂੰ ਨਾਲ ਜੋੜਨ ਕਰਕੇ ਕਰ ਰਹੇ ਨੇ ਜੀ ਮੇਰਾ ਖਿਆਲ ਹੈ ਕਿ ਉਹਨਾਂ ਦੇ ਹੁਣ ਸੀਰੀਅਸ ਹੋਣ ਦਾ ਸਮਾਂ ਜੀ ਪਿਛਲੇ 20 ਸਾਲ ਦਾ ਸੀ ਰਿਕਾਰਡ ਦੇਖ ਲਈਏ ਤੇ 10 ਸਾਲ ਹਕੂਮਤ ਜਿਹੜੀ ਆ ਕਾਲੀ ਦਲ ਨੇ ਕੀਤੀ ਤੇ 10 ਸਾਲ ਕਾਂਗਰਸ ਨੇ ਕੀਤੀ ਹੈ ਜੀ ਜੇ ਇਨਿਕ ਸਮੇਂ ਦਾ ਦੇਖ ਲਈਏ ਜਦੋਂ ਪੰਜਾਬ ਮਾੜੇ ਕਾਲੇ ਦੌਰ ਦੇ ਵਿੱਚੋਂ ਨਿਕਲਿਆ ਉਸ ਤੋਂ ਬਾਅਦ ਹੀ ਮੈਂ ਗੱਲ ਕਰ ਰਿਹਾ ਤਿੰਨ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਤੇ ਦੋ ਵਾਰੀ ਕੈਪਟਨ ਅਵੰਤਿੰਦਰ ਸਿੰਘ ਦੀ ਸਰਕਾਰ ਰਹੀ ਹੈ ਜੀ ਤੇ ਉਸ ਤੋਂ ਪਹਿਲਾਂ ਬਿਆਨਤ ਸਿੰਘ ਰਜਿੰਦਰ ਕੌਰ ਪਠਰਲ ਤੇ ਹਰਚਰਨ ਬਰਾੜ ਦੀ ਸਰਕਾਰ ਸੀ ਜੀ ਸੋ ਪਿਛਲੇ 30 ਸਾਲਾਂ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਰਹੀ ਹੈ ਜੀ ਤੇ ਜ਼ਿੰਮੇਵਾਰ ਤੇ ਦੋਨੇ ਪਾਰਟੀਆਂ ਨੇ ਤੀਜਾ ਥੋੜਾ ਕੋਈ ਜੀ ਤੇ ਇਹਦੇ ਵਿੱਚ ਤੁਸੀਂ ਜਦੋਂ ਜ਼ਿੰਮੇਵਾਰ ਠਹਿਰਾਉਂਦੇ ਹੋ ਜੀ ਤੁਸੀਂ ਹਰ ਵੇਲੇ ਉਹਨਾਂ ਤੇ ਭੰਡਾ ਤਾਂ ਨਹੀਂ ਨਾ ਪਨ ਸਕਦੇ ਖਾਸ ਤੌਰ ਤੇ ਜਦੋਂ ਪਿਛਲੀ ਵਾਰੀ ਲੋਕ ਫਤਵਾ ਦੇ ਚੁੱਕੇ ਹੋਣ ਸਾਢੇ 4 ਸਾਲ ਪਹਿਲਾਂ ਜੀ ਕਿ ਆਹ ਦੇਖੋ ਅਸੀਂ ਇਹਨਾਂ ਨੂੰ ਨਿਕਾਰਿਆ ਤੇ ਤੁਹਾਨੂੰ ਉਠਾਇਆ ਤੁਸੀਂ ਹੁਣ ਕੁਝ ਕਰਕੇ ਦਿਖਾਓ ਜੀ ਤੇ ਅੱਜ ਵੀ ਅਸੀਂ ਉਹੀ ਗੱਲਾਂ ਕਰਾਂਗੇ 5 ਸਾਲ ਪੁਰਾਣੀਆਂ ਜੀ ਉਦੋਂ ਤੇ ਸਾਨੂੰ ਵੋਟਾਂ ਹਾਸਲ ਕਰਨ ਲਈ ਲੈਣ ਦੀ ਲੋੜ ਸੀ ਅੱਜ ਤੇ ਅਸੀਂ ਕੰਮ ਘਣਾਉਣੇ ਆ ਆਪਣੇ ਨਹੀਂ ਅੱਜ ਵੀ ਸਿੱਧੂ ਕਹਿੰਦੇ ਨੇ ਜੀ ਸਾਡੀ ਸਰਕਾਰ ਬਣੇਗੀ ਤੇ ਫਿਰ ਅਸੀਂ ਇਹ ਜ਼ਰੂਰ ਕਰਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਹੁਣ ਕਿਹਦੀ ਸਰਕਾਰ ਹੈ ਜੀ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਹੁਣ ਕਿਹਦੀ ਸਰਕਾਰ ਹੈ ਜੀ ਸਿੱਧੂ ਨੂੰ ਹੁਣ ਥੋੜਾ ਜਿਹਾ ਫਰਮੇ ਤੋਂ ਤਹਜ਼ੀਬ ਤੋਂ ਕਮ ਲੈਣਾ ਚਾਹੀਦਾ ਹੈ ਤਹਜ਼ੀਬ ਉਹ ਭੁੱਲ ਰਹੇ ਨੇ ਜੀ ਉਹਨਾਂ ਨੇ ਪਹਿਲਾਂ ਵੀ ਖੈਰ ਉਹਨਾਂ ਦੇ ਹੱਕ 'ਚ ਕਈ ਵਾਰੀ ਕੰਮ ਕਰ ਜਾਂਦੀ ਹੈ ਤਹਜ਼ੀਬ ਜੀ ਇਹ ਤਾਂ ਫਿਰ ਯਾਦ ਹੋਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਤਹਿਜ਼ੀਬ ਉਹ ਡਾਕਟਰ ਮਰਮੋਣ ਸਿੰਘ ਬਾਰੇ ਵੀ ਭੁੱਲੇ ਸੀ ਤੇ ਫਿਰ ਹੱਥ ਜੋੜ ਕੇ ਗੋਡੀਆਂ ਹਥਲਾ ਕੇ ਮਾਫੀ ਮੰਗੀ ਸੀ ਬਿਲਕੁਲ ਇਹ ਨਹੀਂ ਭੁੱਲਣੀ ਚਾਹੀਦੀ ਜੀ ਔਰ ਜਿਸ ਤਰ੍ਹਾਂ ਉਹ ਗੱਲਾਂ ਕਰਦੇ ਨੇ ਐ ਕਰਦੋਂ ਉਹ ਕਰਦੋਂ ਇਸੇ ਤਰ੍ਹਾਂ ਦੀਆਂ ਗੱਲਾਂ ਤੇ ਕੈਪਟਨ ਬ੍ਰਿੰਦਰ ਸਿੰਘ ਨੇ ਵੀ ਕੀਤੀਆਂ ਸੀ ਜੀ ਉਹ ਕਦੀ ਕਿਸੇ ਨੂੰ ਬੰਦ ਰੱਖਦੇ ਸੀ ਕਦੀ ਕੁਛ ਆਖਦੇ ਸੀ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਕੀ ਹੋਇਆ ਕਿ 4.5 ਸਾਲਾਂ ਦਾ ਵੀ ਸਾਰਿਆਂ ਨੂੰ ਪਤਾ ਜੀ ਮੁੱਦਿਆਂ ਦੀ ਗੱਲ ਕਰ ਨਵਜੋਤ ਸਿੰਘ ਸਿੱਧੂ ਯੂਥ ਨੂੰ ਉੱਥੇ ਚੈਨਲਾਈਜ਼ ਕਰ ਲੈਣ ਦੀ ਇਹ ਤਾਂ ਚੰਗੀ ਗੱਲ ਸੀ ਉੱਥੇ ਜੇ ਮੈਨੂੰ ਕੁਝ ਸੁਣਿਆ ਨਵਜੋਤ ਸਿੰਘ ਸਿੱਧੂ ਦੀ ਸ਼ੇਰੋ ਸ਼ਾਰੀ ਦਾ ਰੌਲਾ ਤੇ ਆਹ ਹਲਕੀਆਂ ਗੱਲਾਂ ਤੇ ਜਣਾ ਉੱਥੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਬੋਲੇ ਸੋਨਿਹਾਲ ਇਸ ਤੋਂ ਬਾਅਦ ਕੁਝ ਨਹੀਂ ਆਜ਼ਾਦੀ ਦੇ ਦਿਨ ਦੇ ਮੌਕੇ ਤੇ ਖੈਰ ਇਸ ਨੂੰ 15 ਅਗਸਤ ਨੂੰ ਆਜ਼ਾਦੀ ਦੇ ਦਿਨ ਵਜੋਂ ਤੇ ਮਨਾਇਆ ਜਾਂਦਾ ਹੈ ਜੀ ਪੰਜਾਬੀਆਂ ਨੇ ਜਿਹੜਾ ਸੰਤਾਪ ਭੋਗਿਆ ਜੀ ਔਰ ਜਿਹੜੇ ਜਿਸ ਤਰ੍ਹਾਂ ਉਜਾੜਾ ਇੱਥੇ ਪਿਆ ਉਸ ਦੀ ਚੀਜ਼ ਅੱਜ ਵੀ ਜ਼ਖਮ ਜੜੇ ਉੱਤੇ ਰਿਸਦੇ ਨੇ ਜੀ ਤੇ ਇਸ 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 ਤੋਂ ਬਾਅਦ ਇਹ ਸਭ ਕੀ ਸਿੱਖਿਆ ਹਾਸਲ ਕੀ ਕੀਤਾ ਆਜ਼ਾਦੀ ਦਾ ਦਿਨ ਤੇ 70 ਸਾਲਾਂ ਬਾਅਦ ਤਾਂ ਮਨਾਈਏ ਅਸੀਂ ਜਿੰਨੇ ਸਾਲ ਹੋ ਗਏ ਨੇ ਸਾਨੂੰ ਕਿ ਸਾਡੇ ਕੋਲ 75 ਸਾਲ ਹੋ ਗਏ ਨੇ ਤੇ ਅਸੀਂ ਬਹੁਤ ਪ੍ਰਾਪਤੀਆਂ ਕਰ ਲਈਆਂ ਹੋਣ ਜੀ ਪ੍ਰਾਪਤੀਆਂ ਤੇ ਸਾਡੀਆਂ ਹੈ ਕੋਈ ਨਹੀਂ ਬਿਲਕੁਲ ਉਸੇ ਤਰ੍ਹਾਂ ਰੋਟੀ ਪਾਣੀ ਦੀ ਫਿਕਰ ਹੈ ਲੋਕਾਂ ਨੂੰ ਹੁਣ ਤਾਂ ਰੋਜ਼ਗਾਰ ਵੀ ਹੱਥੋਂ ਜਾਂਦੀ ਰਿਹਾ ਰੋਜ਼ਗਾਰ ਹੱਥੋਂ ਜਾ ਰਿਹਾ ਜੀ ਇਹ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਤੇ ਸਿੱਧੂ ਸਾਹਿਬ ਨੂੰ ਕੋਈ ਲੋਕਾਂ ਨੂੰ ਉੱਥੇ ਕੋਈ ਨਕਸ਼ਾ ਬਖਾਉਣਾ ਚਾਹੀਦਾ ਸੀ ਜੀ ਕਿ ਅਗਲੇ 5 ਸਾਲਾਂ ਚ ਆਹ ਕਰਾਂਗੇ ਜੀ ਸਾਡੀ ਸਰਕਾਰ ਆਉਣ ਦਾ ਮਤਲਬ ਨਹੀਂ ਹੈਗਾ ਜੀ ਨਵਜੋਤ ਸਿੰਘ ਸਿੱਧੂ ਵੀ ਇਸੇ ਤਰ੍ਹਾਂ ਜੇ ਸਮਝ ਲੈਣ ਕਿ ਉਹ ਇਕੱਲੇ ਹੀ ਆ ਤੇ ਹੋਰ ਉਹਨਾਂ ਨਾਲ ਕੋਈ ਨਹੀਂ ਜੀ ਤੇ ਮੈਂ ਹੀ ਇੱਕ ਸਭ ਕੁਝ ਮੈਂ ਆ ਵੀ ਕਰ ਦੇਣਾ ਉਹ ਵੀ ਕਰ ਦੇਣਾ ਤੇ ਪਰ ਇਹ ਪੁਰਾਣੇਆਂ ਵੇਲਿਆਂ ਨੂੰ ਭੰਡਣ ਦਾ ਸਮਾਂ ਨਹੀਂ ਜੀ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਆ ਕਿ ਉਹ ਕਹਿੰਦੇ ਨੇ ਕਿ ਦੇਖੋ ਜੀ ਦੇਸ਼ ਦਾ ਹਾਲ ਤੇ ਇਹਦੇ ਲਈ ਜ਼ਿੰਮੇਵਾਰ ਜਿਹੜੇ ਕਾਂਗਰਸ ਸਰਕਾਰ ਹੈ ਜੀ ਤੇ ਕਾਂਗਰਸ ਸਰਕਾਰ ਕੀ ਕਰਦੀ ਰਹੀ ਹੈ ਉਹ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਦੱਸਦੀ ਰਹੀ ਹੈ ਜੀ ਤੇ ਇਹ ਹੁਣ ਇਹੋ ਕੰਮ ਕਰਨਗੇ ਜੀ ਮੇਰਾ ਖਿਆਲ ਹੈ ਇਹਨਾਂ ਨੂੰ ਸਮਾਂ ਹੈ ਅੰਤਰਛਾਤ ਮਾਰਨ ਦਾ ਤੇ ਲੋਕਾਂ ਨੂੰ ਗਾਂਹ ਵਾਸਤੇ ਰਸਤਾ ਵਿਖਾਉਣ ਦਾ ਜੀ ਤੇ ਕੁਲਦੀਪ ਜੀ ਆਪਾਂ ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ ਬੇਲਾ ਹੈ ਬ੍ਰੇਕ ਦਾ ਸੋ ਦਰਸ਼ਕੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਕੁਲਦੀਪ ਸਿੰਘ ਜੀ ਗੱਲ ਹੁਣ ਸਿਆਸਤ ਮਾਹੌਲ ਦੇ ਵਿੱਚ ਦਲ ਬਦਲੂਆਂ ਦੀ ਕਹਾਣੀ ਤੇ ਕੌਣ ਨਿਭਾਰਿਆ ਯਾਰੀ ਯਾਨੀ ਨਵਜੋਤ ਸਿੰਘ ਸਿੱਧੂ ਨੇ ਇੱਕ ਯਾਰੀ ਨਿਭਾਈ ਹੈ ਕਿਹਦੇ ਨਾਲ ਨਿਭਾਈ ਕੀ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਂ ਕੋਈ ਹੋਰ ਵਚਾ ਨਹੀਂ ਵਾਅਦਾ ਉਹਦੇ ਵਾਲੀ ਕੋਈ ਗੱਲ ਨਹੀਂ ਜੀ ਵਾਅਦੇ ਤੇ ਇੱਥੇ ਬਹੁਤ ਲੋਕਾਂ ਨਾਲ ਬਹੁਤ ਕੀਤੇ ਜਾਂਦੇ ਨੇ ਜੀ ਪ੍ਰਕਾਸ਼ ਸਿੰਘ ਕੋਈ ਇਸ ਅਹੁਦੇ ਦੇ ਕੋ ਭੁੱਖੇ ਵੀ ਨਹੀਂ ਸੀ ਜੇ ਸੱਚ ਪੁੱਛੋ ਤਾਂ ਜੀ ਤੇ ਇੱਕ ਹੋਰ ਗੱਲ ਮੈਂ ਸੱਚ ਉਹ ਵੀ ਇਹ ਆਖ ਦੇਣੀ ਆ ਜੀ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਕਮਾਨ ਉਹਨਾਂ ਦੇ ਹੱਥ 'ਚ ਹੋ ਗਈ ਪੰਜਾਬ ਕਾਂਗਰਸ ਦੀ ਜੀ ਬਹੁਤਾ ਰੌਲਾ ਉਹਨਾਂ ਨੇ ਪਾਇਆ ਜੀ ਪਰ ਸਭ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਪਾਇਆ ਜੀ ਔਰ ਮੁੱਦਿਆਂ ਦੀ ਹੀ ਗੱਲ ਕੀਤੀ ਜੀ ਤੇ ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਹਟੇ ਆ ਇਸ ਤਰ੍ਹਾਂ ਦਾ ਕੰਮ ਵੀ ਕਦੇ ਨਹੀਂ ਕੀਤਾ ਜੀ ਹਮੇਸ਼ਾ ਗੱਲ ਕਰਨਗੇ ਜ਼ਮੀਨੀ ਮੁੱਦਿਆਂ ਦੀ ਕਰਨਗੇ ਜੀ ਪ੍ਰਗਟ ਸਿੰਘ ਜਿਹੜੇ ਪਹਿਲੇ ਹੀ ਸਮਾਂ 'ਚ ਇਸ ਵੇਲੇ ਉੱਡ ਰਹੇ ਨੇ ਔਰ 올림픽 'ਚੋਂ ਬ੍ਰਾਂਜ਼ ਮੈਡਲ ਜਿੱਤਿਆ ਹਾਕੀ ਟੀਮ ਨੇ ਸਾਰਾ ਕ੍ਰੈਡਿਟ ਜਿਹੜਾ ਪ੍ਰਗਟ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਮਿਲ ਰਿਹਾ ਜੀ ਚਲੋ ਪਰ ਖਡਾਰੀਆਂ ਦਾ ਹੈਗਾ ਪਰ ਜੋ ਪ੍ਰਗਟ ਸਿੰਘ ਨੇ ਕੀਤਾ ਸਾਰਿਆਂ ਦੇ ਸਾਹਮਣੇ ਜੀ ਮਹਾਨ ਖਿਡਾਰੀ ਸਨ ਆਪਣੇ ਸਮੇਂ ਤੇ ਸਿਆਸਤ ਦੇ ਵਿੱਚ ਉਹ ਭਾਵੇਂ ਕਾਲੀ ਦਲ ਵਿੱਚ ਪਹਿਲਾਂ ਸਨ ਜੀ ਪਰ ਕਾਂਗਰਸ ਵਿੱਚ ਨੇ ਤੇ ਉਹਨਾਂ ਨੇ ਮੁੱਦੇ ਫੇਰ ਵੀ ਉਠਾਉਂਦੇ ਰਹੇ ਨੇ ਜਿਹੜੇ ਉਹ ਹਲਕੇ ਦੇ ਸੀ ਉਹਨਾਂ ਦੀ ਮੁੱਦਿਆਂ ਦੀ ਗੱਲ ਉਹ ਕਰਦੇ ਰਹੇ ਨੇ ਜੀ ਨਵਜੋਤ ਸਿੰਘ ਸਿੱਧੂ ਵੱਡੀ ਪਿਕਚਰ ਜਿਵੇਂ ਬਿਗ ਪਿਕਚਰ ਨੂੰ ਸਾਹਮਣੇ ਰੱਖ ਕੇ ਗੱਲ ਕਰਦੇ ਨੇ ਉਹ ਜ਼ਮੀਨੀ ਹੱਕ ਕਿੰਨਾ ਜੁੜੇ ਨੇ ਸੋ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਸਿਰਫ ਆਪਣੀ ਟੀਮ ਨਵਜੋਤ ਸਿੰਘ ਸਿੱਧੂ ਨੇ ਮਜ਼ਬੂਤ ਕੀਤੀ ਹੈ ਵਾਅਦੇ ਪਕਾਉਣ ਵਾਲੀ ਕੋਈ ਗੱਲ ਨਹੀਂ ਤੇ ਨਾ ਇਸ ਨਾਲ ਪ੍ਰਗਟ ਸਿੰਘ ਨੂੰ ਕੋਈ ਬਹੁਤਾ ਫਰਕ ਪੈਣ ਵਾਲਾ ਪ੍ਰਗਟ ਸਿੰਘ ਦਾ ਆਪਣਾ ਵजूद ਹੈ ਤੇ ਉਹ ਖਲੋਤੇ ਰਹਿਣਗੇ ਪ੍ਰਗਟ ਸਿੰਘ ਮੁੱਦਿਆਂ ਦੀ ਗੱਲ ਕਰਦੇ ਰਹਿਣਗੇ ਤੇ ਲੋਕਾਂ ਦੇ ਉਹਨਾਂ ਨੂੰ ਜਨਰਲ ਸਕੱਤਰੀ ਦੇ ਨਾਲ ਉਹਨੂੰ ਜ਼ਿਆਦਾ ਨਿਗਾਹ ਦੇ ਵਿੱਚ ਰਹਿਣਗੇ ਸੋ ਪ੍ਰਗਟ ਸਿੰਘ ਲਈ ਮੈਂ ਸਮਝਦਾ ਕਿ ਉਹਨਾਂ ਦਾ ਮਾਣ ਸਨਮਾਨ ਜ਼ਰੂਰ ਹੋਇਆ ਉਹਨਾਂ ਨੂੰ ਜਨਰਲ ਸਕੱਤਰ ਬਣਾ ਕੇ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਟੀਮ ਜਿਹੜੀ ਹੈ ਉਹ ਮਜ਼ਬੂਤ ਕੀਤੀ ਹੈ ਤੇ ਕੁਲਦੀਪ ਜੀ ਕੈਂਟ ਹਲਕਾ ਇਸ ਵੇਲੇ ਚਰਚਾ ਵਿੱਚ ਹੈ ਜਗਬੀਰ ਬਰਾੜ ਦਾ ਨਾਮ ਆ ਰਿਹਾ ਹੈ ਉਹ ਮੁਰ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਕਿਹਨੇ ਹੀ ਤੁਸੀਂ ਦੱਸ ਦਿਓ ਅਕਾਲੀ ਦਲ ਦੇ ਵਿੱਚ ਜਗਵੀਰ ਬਰਾੜ ਸ਼ਾਮਿਲ ਹੋ ਗਏ ਨੇ ਜੀ ਜਗਵੀਰ ਬਰਾੜ ਦੱਸਿਆ ਜਾਂਦਾ ਹੈ ਕਿ ਦੂਰੋਂ ਨੇੜਿਓਂ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਜੀ ਮਨਪ੍ਰੀਤ ਬਾਦਲ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ ਤੇ ਜਦੋਂ ਮਨਪ੍ਰੀਤ ਬਾਦਲ ਨੇ ਜਿਹੜਾ ਸੀ ਉਹ ਅਕਾਲੀ ਦਲ ਛੱਡਿਆ ਜੀ ਤੇ ਜਗਵੀਰ ਬਰਾੜ ਨੂੰ ਵੀ ਨਾਲ ਹੀ ਛੱਡਣਾ ਪੈ ਗਿਆ ਸੀ ਜੀ ਉਹਨਾਂ ਨੇ ਛੱਡ ਦਿੱਤਾ ਤੇ ਜਗਵੀਰ ਬਰਾੜ ਇਹ ਮਨਪ੍ਰੀਤ ਬਾਦਲ ਦੇ ਨਾਲ ਪੀਪੀਪੀ ਦੇ ਵਿੱਚ ਜੁਆਇਨ ਕਰ ਗਿਆ ਸੀ ਜੀ ਫਿਰ ਐਨ ਚੋਣਾਂ ਤੋਂ ਮੌਕੇ ਤੋਂ ਪਹਿਲਾਂ ਉਹ ਛੱਡ ਗਿਆ ਜਿਹੜਾ ਸੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਜੀ ਨਕੂਦਰ ਤੋਂ ਸੌਰੀ ਇਹ ਸ਼ੌਣੀ ਤੋਂ ਇਲੈਕਸ਼ਨ ਲੜੀ ਜੀ ਤੇ ਇਲੈਕਸ਼ਨ ਲੜੀ ਤੇ ਉਧਰੋਂ ਫਰਗਤ ਸਿੰਘ ਅਕਾਲੀ ਦਲ ਬਣੋ ਸੀ ਜੀ ਇਸੇ ਹਲਕੇ ਤੋਂ ਜੀ ਪ੍ਰਗਤ ਸਿੰਘ ਜਿੱਤ ਗਿਆ ਤੇ ਜਗਵੀਰ ਬਰਾੜ ਚੋਣ ਹਾਰ ਗਿਆ ਜੀ ਅਗਲੀ ਵਾਰੀ ਜਿਹੜੇ ਸੀ ਉਹ ਕਾਂਗਰਸ ਨੇ ਉਹਨਾਂ ਨੂੰ ਨਕੂਦਰ ਤੋਂ ਜਿਹੜਾ ਸੀ ਟਿਕਟ ਦਿੱਤੀ ਜੀ ਨਕੋਦਰ ਤੋਂ ਉਹ 3 ਨੰਬਰ ਤੇ ਆਇਆ ਜੀ ਉਹ ਪਹਿਲੇ ਨੰਬਰ ਤੇ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਬਟਾਲਾ ਤੇ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਦੂਸਰੇ ਨੰਬਰ ਤੇ ਆਏ ਸੀ ਜੀ ਸਾਬਕਾ ਡੀਡੀਪੀਓ ਨੇ ਡੀਡੀਪੀਓ ਵਜੋਂ ਉਹਨਾਂ ਨੇ ਆਪਣਾ ਸੇਵਾਮਾਨ ਸ਼ੁਰੂ ਕੀਤੀਆਂ ਸੀ ਜੀ ਸ਼ਾਇਦ ਫਿਰ ਬਾਅਦ ਵੌਲੰਟਰੀ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਸੀ ਜੀ ਉਹ ਮਾਦਾ ਰੱਖਦੇ ਨੇ ਸਿਆਸਤ ਵਿੱਚ ਕੰਮ ਕਰਨ ਦਾ ਜੁੜੇ ਹੋਏ ਲੋਕ ਨੇ ਆਪਣੇ ਲੋਕਾਂ ਦੇ ਜੁੜੇ ਹੋਏ ਵਿਅਕਤੀ ਨੇ ਆਪਣੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਜਗਵੀਰ ਬਰਾੜ ਇੱਕ ਵਾਰੀ ਫੇਰ ਪਲਟੀ ਮਾਰ ਕੇ ਹੁਣ ਮਨਪ੍ਰੀਤ ਬਾਦਲ ਦੇ ਨਾਲ ਤੇ ਉਹਨਾਂ ਦੀ ਸਾਂਝੀ ਜੀ ਕਿਉਂਕਿ ਮਨਪ੍ਰੀਤ ਬਾਦਲ ਵੀ ਕਾਂਗਰਸ ਵਿੱਚ ਹੈ ਤੇ ਜਗਵੀਰ ਬਰਾੜ ਵੀ ਕਾਂਗਰਸ ਵਿੱਚ ਜੀ ਪਰ ਮਨਪ੍ਰੀਤ ਬਾਦਲ ਦੀ ਪੀਪੀਪੀ ਦੇ ਹੁੰਦਿਆਂ ਹੀ ਜਗਵੀਰ ਬਰਾੜ ਉਹਨਾਂ ਨੂੰ ਛੱਡ ਗਿਆ ਸੀ ਜੀ ਤੇ ਮਨਪ੍ਰੀਤ ਬਾਦਲ ਨੇ ਉਦੋਂ ਗੁੱਸੇ ਵਿੱਚ ਹੋਰ ਵੀ ਕਹੀ ਜਦੋਂ ਉਹਨਾਂ ਦੇ ਛੱਡ ਗਿਆ ਪੀਪੀਪੀ ਨੂੰ ਤੇ ਗੁੱਸੇ 'ਚ ਇਹ ਗੱਲ ਕਹਿ ਦਿੱਤੀ ਸੀ ਜਿੰਨੇ ਵੀ ਹੋਰ ਛੱਡ ਕੇ ਜਾਣਾ ਉਹ ਜਾ ਸਕਦਾ ਸਾਨੂੰ ਇਹ ਜਿਹੀਆਂ ਭੇਟਾ ਦੀ ਲੋੜ ਨਹੀਂ ਉਹ ਛੱਡ ਗਿਆ ਹੋਰ ਕਿੰਗੇ ਨੇ ਛੱਡੀ ਤੇ ਮੁੜ ਕੇ ਫੇਰ ਇਕੱਠੇ ਹੋ ਗਏ ਸੀ ਕਾਂਗਰਸ ਦੇ ਵਿੱਚ ਜੀ ਉਹ ਤੇ ਵਿੱਤ ਮੰਤਰੀ ਬਣ ਕੇ ਦੀ ਜਗਵੀਰ ਸਿੰਘ ਬਰਾੜ ਨੂੰ ਫੇਰ ਕੋਈ ਅਹੁਦਾ ਨਾ ਮਿਲਿਆ ਤੇ ਕਿਉਂਕਿ ਜਿੱਤ ਵੀ ਪ੍ਰਾਪਤ ਨਾ ਹੋਈ ਜੀ ਤੇ ਹੁਣ ਅਕਾਲੀ ਦਲ ਨੂੰ ਉਹਨਾਂ ਨੇ ਜਿਹੜਾ ਹੈ ਜਾ ਕੇ ਜੱਫੀ ਪਾ ਲਈ ਹੈ ਤੇ ਸੁਵੀਰ ਬਾਦਲ ਨੇ ਦੱਸਿਆ ਜਾਂਦਾ ਕਿ ਉਹਨਾਂ ਨੂੰ ਕੈਂਟ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਹੈ ਜੀ ਜ਼ਾਹਿਰਾ ਤੌਰ ਤੇ ਪ੍ਰਗਟ ਸਿੰਘ ਜੀ ਇੱਥੋਂ ਕਾਂਗਰਸ ਵੱਜੋਂ ਖਲੋਂਦੇ ਨੇ ਤੇ ਫੇਰ ਮੁਕਾਬਲਾ ਉਹਨਾਂ ਦਾ ਜਗਵੀਰ ਬਰਾੜ ਦੇ ਨਾਲ ਕੈਂਟ ਤੋਂ ਹੋ ਸਕਦਾ ਸੋ ਜਗਵੀਰ ਬਰਾੜ ਇਹ ਸਮੀਕਰਨ ਜਿਹੜੇ ਨੇ ਇਹ ਕਿਤੇ ਕਿਤੇ ਇਹ ਸਾਨੂੰ ਕਾਫੀ ਕੋਝਿਦ ਦਿਖਾ ਰਹੇ ਨੇ ਜੀ ਜਗਵੀਰ ਬਰਾੜ ਮਨਪ੍ਰੀਤ ਬਾਦਲ ਦੇ ਖੇਮੇ ਦੇ ਕਿਉਂਕਿ ਵਿਅਕਤੀ ਨੇ ਜੀ ਤੇ ਆ ਗਿਆ ਕਾਲੀਦਾਲ ਵਿੱਚ ਨੇ ਤੇ ਮਨਪ੍ਰੀਤ ਬਾਦਲ ਸਿੱਧੂ ਦੇ ਖੇਮੇ ਵਿੱਚ ਨਹੀਂ ਜੀ ਤੇ ਸਿੱਧੂ ਜਦੋਂ ਜਲੰਧਰ ਆਏ ਸੀ ਜੀ ਤੇ ਜਗਵੀਰ ਬਰਾੜ ਉਦੋਂ ਸਿਗੇ ਤੇ ਕਾਂਗਰਸ ਵਿੱਚ ਹੀ ਪਰ ਉੱਥੇ ਸ਼ਾਮਲ ਨਹੀਂ ਸੀ ਹੋਏ ਉਹਨਾਂ ਨੂੰ ਮਿਲੇ ਨਹੀਂ ਸੀ ਬੜੀ ਇੰਟਰਸਟਿੰਗ ਜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਵੱਲ ਵੀ ਨਿਗਾਹਾਂ ਲਗੀਆਂ ਹੋਈਆਂ ਨੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਮੈਨੂੰ ਲੱਗਦਾ ਨਹੀਂ ਵੈਸੇ ਪਰ ਕੁਝ ਲੋਕ ਇਹ ਗੱਲ ਕਰ ਰਹੇ ਨੇ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਲਈ ਕੋਈ ਅਕਾਲੀ ਦਲ ਦਾ ਰਸਤਾ ਸ਼ਾਇਦ ਅਜੇ ਨਾ ਖੁੱਲਾ ਹੋਵੇ ਹਾਂ ਭਵਿੱਖ ਚ ਹੋ ਸਕਦਾ ਹੋ ਸਕਦਾ ਜੀ ਕਿਤੇ ਵੀ ਕੁਝ ਵੀ ਹੋ ਸਕਦਾ ਭਵਿੱਖੀ ਤੇ ਰਾਜਨੀਤੀ ਸਾਰੀਆਂ ਸੰਭਾਵਨਾਵਾਂ ਬਰਕਰਾਰ ਰਹਿndੀਆਂ ਨੇ ਜੀ ਤੇ ਕੁਲਦੀਪ ਜੀ ਗੱਲ ਕਰਦੇ ਆ ਹੁਣ ਗੁਰਦੁਆਰਾ ਨਾਨਕ ਮਤਾ ਦੀ ਕਮੇਟੀ ਦੇ ਨਾਲ ਜੁੜੀ ਹੋਈ ਕਮੇਟੀ ਨੂੰ ਕੋਈ ਹੁਕਮ ਮਿਲਿਆ ਉਹ ਹੁਕਮ ਕਿਉਂ ਤੇ ਕਿਵੇਂ ਮਿਲਿਆ ਉੱਤਰਾਖੰਡ ਦੇ ਵਿੱਚ ਗੁਰਦੁਆਰਾ ਨਾਨਕ ਮਤਾ ਹੈ ਉਹਨਾਂ ਤੇ ਦੋਸ਼ ਲੱਗਾ ਸੀ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਜਿੰਨੇ ਉੱਥੇ ਜਾਣਾ ਸੀ ਜੀ ਤੇ ਉਹਦੇ ਉਹਨਾਂ ਦੇ ਸਨਮਾਨ ਦੇ ਵਿੱਚ ਕੁਝ ਨੱਚਣ ਵਾਲਿਆਂ ਨੂੰ ਉੱਥੇ ਬੁਲਾ ਲਿਆ ਗਿਆ ਢੋਲਟ ਮੱਕਾ ਗੁਰੂ ਘਰ ਦੇ ਵਿੱਚ ਨਾਚ ਗਾਣਾ ਹੋਇਆ ਤੇ ਫਿਰ ਉਸਤੇ ਸਿਰ ਤੇ ਮੁਕਟ ਰੱਖ ਦਿੱਤਾ ਗਿਆ ਜਾਂ ਤਾਜ ਪਾ ਦਿੱਤਾ ਗਿਆ ਉਹ ਜਿਹੜਾ ਸੀ ਬੇਅਦਬੀ ਦੇ ਨਾਲ ਜੋੜ ਕੇ ਇਸ ਨੂੰ ਵੇਖਿਆ ਗਿਆ ਚਾਰ ਵਿਅਕਤੀਆਂ ਨੂੰ ਬੁਲਾਇਆ ਗਿਆ ਕਲਤਖ ਸਾਹਿਬ ਵੱਲੋਂ ਤੇ ਉਹਨਾਂ ਨੂੰ ਸੱਦ ਕੇ ਸੱਦਿਆ ਗਿਆ ਕਿ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਕਿ ਤੁਸੀਂ ਜਾਂ ਪੇਸ਼ ਹੋਣ ਲਈ ਆਖਿਆ ਗਿਆ ਉਹ ਪੇਸ਼ ਹੋਏ ਨੇ ਉਹਨਾਂ ਵਿੱਚੋਂ ਇੱਕ ਨੇ ਤੇ ਸਿਹਤ ਖਰਾਬ ਦਾ ਕਹਿ ਦਿੱਤਾ ਕਿ ਸਿਹਤ ਖਰਾਬ ਅਮ੍ਰਿਤੇ ਮੈਂ ਪੇਸ਼ ਨਹੀਂ ਹੋਣਾ ਜੀ ਤਿੰਨ ਵਿਅਕਤੀ ਹਾਜ਼ਰ ਹੋਏ ਉਹਨਾਂ ਵਿੱਚੋਂ ਦੋ ਨੂੰ ਤਨਖਾਹ ਲਈ ਗਈ ਸਜ਼ਾ ਸੁਣਾਈ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾ ਕੇ ਉੱਥੇ ਪਾਠ ਸਰਵਣ ਕਰਨਾ ਹੈ ਕੀਰਤਨ ਸਰਵਣ ਕਰਨਾ ਹੈ ਜੋੜਿਆਂ ਦੀ ਸੇਵਾ ਕਰਨੀ ਹੈ ਫਿਰ ਤੁਸੀਂ ਆ ਕੇ ਖਿਮਾ ਜਾਂਚਣ ਲਈ ਸਾਨੂੰ ਅਰਜੀ ਦਿਓ ਤੇ ਫਿਰ ਇੱਥੇ ਆ ਕੇ ਤੁਸੀਂ ਦੁਬਾਰਾ ਪੇਸ਼ ਹੋਵੋ ਜੀ ਉਹਨਾਂ ਨੇ ਮੰਨ ਲਈ ਤੇ ਉਹਨਾਂ ਵਿੱਚੋਂ ਇੱਕ ਆਗੂ ਜਿਹੜੇ ਸੀ ਉਹ ਕੁਝ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੱਲ ਕਰ ਰਿਹਾ ਸੀ ਫੈਸਲਾ ਸੁਣਾ ਰਿਹਾ ਸੀ ਉਹਨਾਂ ਨਾਲ ਤੇ ਬਿਆਦਬੀ ਦੀ ਗੱਲ ਕਰ ਰਿਹਾ ਸੀ ਉਹ ਵਿੱਚੋਂ ਕੁਝ ਬੋਲਣਾ ਸ਼ੁਰੂ ਹੋਏ ਜੀ ਉਹਨਾਂ ਨੂੰ ਵਿੱਚੇ ਜਥੇਦਾਰ ਸਾਹਿਬ ਨੇ ਰੋਕ ਦਿੱਤਾ ਤੇ ਉਹਨਾਂ ਕਹਿ ਕੇ ਤੁਸੀਂ ਪਿੱਛੇ ਜਾ ਕੇ ਬੈਠੋ ਜੀ ਦਾੜਾ ਵੀ ਤੁਸੀਂ ਰੰਗਿਆ ਹੋਇਆ ਜੀ ਮੈਂ ਤੁਹਾਡੇ ਨਾਲ ਗੱਲ ਬਾਅਦ ਵਿੱਚ ਕਰਦਾ ਜੀ ਉਹ ਇਸ ਤੋਂ ਉਹ ਵੀ ਗੁੱਸੇ ਵਿੱਚ ਆ ਗਏ ਜੀ ਜਸਵਿੰਦਰ ਸਿੰਘ ਨਾਂ ਦੇ ਵਿਅਕਤੀ ਉਹ ਫਿਰ ਅੱਗੇ ਆਏ ਥੋੜਾ ਜਿਹਾ ਫਿਰ ਉਹਨਾਂ ਨੇ ਜਥੇਦਾਰ ਸਾਹਮਣੂ ਆਮਣੇ ਸਾਹਮਣੇ ਕੁਝ ਗੱਲਾਂ ਆਖੀਆਂ ਜੀ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਗੌਰ ਨਾਲ ਵੇਖਿਆ ਗਿਆ ਜੀ ਤੇ ਇੱਕ ਤਲਖੀ ਵਜੋਂ ਉਸ ਨੂੰ ਜਿਹੜਾ ਸੀ ਉਹ ਦੇਖਿਆ ਗਿਆ ਜੀ ਉਹ ਕੀ ਉਹਨਾਂ ਨੇ ਗੱਲਾਂ ਆਖੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਜਲੀਲ ਕਰ ਰਹੇ ਹੋ ਇਹ ਕੋਈ ਤਰੀਕਾ ਹੈ ਮੈਂ ਆਪਣੀ ਗੱਲ ਰੱਖਣੀ ਚਾਹੁੰਦਾ ਜੇ ਅਸੀਂ ਆ ਹੀ ਗਏ ਤਾਂ ਤੁਸੀਂ ਸਾਨੂੰ ਬੇਇੱਜ਼ਤ ਕਰ ਰਹੇ ਹੋ ਜੀ ਹੁਣ ਗੱਲਾਂ ਪਰਸਪਰ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਜੀ ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਮੇਰੇ ਜਥੇਦਾਰ ਤੁਸੀਂ ਨਹੀਂ ਜੀ ਮੇਰੇ ਜਥੇਦਾਰ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਜੀ ਤੇ ਮੈਂ ਉਹਨਾਂ ਨੂੰ ਜਥੇਦਾਰ ਮੰਨਦਾ ਮੈਂ ਤੁਹਾਨੂੰ ਮੰਨਦਾ ਹੀ ਨਹੀਂ ਇਹਨਾਂ ਕਹਿ ਕੇ ਉੱਥੋਂ ਬਾਹਰ ਨਿਕਲਾਏ ਨੇ ਬੋਲਦੇ ਬੜਬੜ ਕਰਦੇ ਤੇ ਬਾਹਰ ਆ ਕੇ ਵੀ মিডিਆ ਨਾਲ ਗੱਲਾਂ ਕਰਦੇ ਰਹੇ ਨੇ ਸੋ ਇਹ ਇੱਕ ਇੱਕ ਜਿਹੜੀ ਇੱਕ ਬੇਸਵਾਦੀ ਜਿਹੜੀ ਹੈ ਇਸ ਮੌਕੇ ਤੇ ਪੈਦਾ ਹੋਈ ਹੈ ਉਸ ਵਿਅਕਤੀ ਨੂੰ ਇਹ ਚਾਹੀਦਾ ਸੀ ਘੱਟੋ ਘਾਟ ਕਿ ਜੇ ਉਹ ਉਹਨਾਂ ਨੂੰ ਜਥੇਦਾਰ ਮੰਨਦਾ ਨਹੀਂ ਤਾਂ ਫਿਰ ਉਹਨਾਂ ਦੀ ਲੋੜ ਨਹੀਂ ਸੀ ਨਾ ਪੇਸ਼ ਹੁੰਦੇ ਫਿਰ ਹਾਲ ਦੀ ਘੜੀ ਉਹਨਾਂ ਨੂੰ ਸ਼ੇਕ ਦਿੱਤਾ ਗਿਆ ਤੇ ਉਹਨਾਂ ਨਾਲ ਸਬੰਧ ਨਾ ਰੱਖਣ ਦੀ ਗੱਲ ਜਿਹੜੀ ਅਕਾਲ ਤੱਕ ਸਾਬਲੋਂ ਵੱਲੋਂ ਜਿਹੜੀ ਆ ਕੀਤੀ ਗਈ ਹੈ ਇਹ ਨਹੀਂ ਇੱਕ ਗੱਲ ਜਿਹੜੀ ਆ ਹੋਈ ਹੈ ਤੇ ਬਾਕੀ ਆਪਣੀ ਤਨਖਾਹ ਹੈ ਨਾਂ ਸਜਾ ਜੜੀ ਆ ਪੂਰੀ ਕਰਨਗੇ ਜੀ ਤੇ ਕੁਲਦੀਪ ਜੀ ਹੁਣ ਗੱਲ ਕਰਦੇ ਆ ਕਰੋਨਾ ਦੀ ਦੇਸ਼ ਵਿੱਚ ਭਾਵੇਂ ਹਾਲਾਤ ਕਾਬੂ ਹੋਏ ਨੇ ਪਰ ਕੇਰਲ ਦੇ ਵਿੱਚ ਮਾਮਲੇ ਵਧ ਰਹੇ ਨੇ ਪੰਜਾਬ ਜਿੱਧਰ ਕੁਝ ਨਵੀਆਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਉਹ ਕਿਹੜੀਆਂ ਸ਼ਰਤਾਂ ਨੇ ਪੰਜਾਬ ਵਾਲਿਆਂ ਨੇ ਇਹ ਕਿਹਾ ਜੀ ਕਿ ਸਾਡੇ ਕੋਸ਼ਿਸ਼ ਜਿਹੜੇ ਗੁਆਂਢੀ ਸੂਬੇ ਨੇ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਇੱਥੇ ਕੇਸ ਬਹੁਤ ਵਧ ਰਹੇ ਨੇ ਜੀ ਤੇ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਸੜਕੀ ਰਸਤੇ ਆਵੇ ਹਵਾਈ ਰਸਤੇ ਆਵੇ ਟ੍ਰੇਨ ਦੇ ਰਸਤੇ ਆਵੇ ਉਸ ਨੂੰ ਉਹਨਾਂ ਲਈ ਆਰਟੀਪੀਸੀਆਰ ਟੈਸਟ ਦੀ ਰਿਪੋਰਟ ਜਿਹੜੀ ਨੈਗੇਟਿਵ ਰਿਪੋਰਟ ਹੈ ਜ਼ਰੂਰੀ ਹੋਵੇਗੀ ਜੇ ਉਹਨਾਂ ਕੋਲ ਨਹੀਂ ਹੈ ਤਾਂ ਮੌਕੇ ਤੇ ਉਹਨਾਂ ਦਾ ਇੱਕ ਟੈਸਟ ਕੀਤਾ ਜਾਵੇਗਾ ਬਸ਼ਰਤੇ ਕਿ ਉਹ ਕੋਵਿਡ ਤੋਂ ਠੀਕ ਹੋਏ ਹੋਣ ਤੇ ਉਹਨਾਂ ਕੋਲ ਉਹ ਡਾਕੂਮੈਂਟ ਦੱਸਤਾਵੇ ਮੌਜੂਦ ਹੋਣ ਜੀ ਹੁਣ ਕੀ ਹਰਿਆਣਾ ਤੋਂ ਆਉਣ ਵਾਲਿਆਂ ਨਾਲ ਵਾਲਿਆਂ ਨਾਲ ਵੀ ਇੰਨੀ ਸ਼ਕਤੀ ਹੋਵੇਗੀ ਤੇ ਰਾਜਸਥਾਨ ਵਾਲਿਆਂ ਨਾਲ ਵੀ ਇੰਨੀ ਸ਼ਕਤੀ ਹੋਵੇਗੀ ਜੀ ਇਸ ਗੱਲ ਬਾਰੇ ਕੋਈ ਬਹੁਤਾ ਕੋਈ ਜਿਹੜਾ ਕੋਈ ਸਪਸ਼ਟਤਾ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਬਿਆਨ ਵਿੱਚ ਦਿਖੀ ਨਹੀਂ ਜੀ ਪਰ ਪੰਜਾਬ ਥੋੜਾ ਜਿਹਾ ਚਿੰਤਤ ਹੈ ਪੰਜਾਬ ਦੇ ਬਾਰੇ ਇਹ ਵੀ ਸਰਕਾਰ ਨੇ ਆਖਿਆ ਕਿ ਸਾਨੂੰ ਟੀਕੇ ਗੁਆਂਢੀ ਸੂਬਿਆਂ ਨਾਲੋਂ ਘੱਟ ਮਿਲ ਰਹੇ ਨੇ ਇੱਥੋਂ ਤੱਕ ਕਿ ਹਿਮਾਚਲ ਤੋਂ ਵੀ ਘੱਟ ਮਿਲ ਰਹੇ ਨੇ ਜੀ ਪਰ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਯਕੀਨ ਦਿੱਤਾ ਹੈ ਕਿ ਸਾਨੂੰ ਟੀਕੇ ਆਉਣ ਵਾਲੇ ਦਿਨਾਂ ਵਿੱਚ ਵਾਧੂ ਮਿਲ ਜਾਣਗੇ ਤੇ ਅਸੀਂ ਰੋਜ਼ ਦੇ ਪੰਜ ਤੋਂ 7 ਲੱਖ ਟੀਕੇ ਜਿਹੜੇ ਲਗਵਾਉਣੇ ਚਾਹੁੰਦੇ ਆ ਤੇ ਸਾਡੀ ਰਫਤਾਰ ਉਹ ਸਹੀ ਰਹਿ ਸਕੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਟੀਕੇ ਲੱਗਦੇ ਰਹਿਣ ਜੀ ਹੁਣ ਹਰਿਆਣੇ ਤੋਂ ਜੇ ਅਸੀਂ ਰੋਕਦੇ ਆ ਇਹ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ ਜੀ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੀਆਂ ਬਰੂਹਾਂ ਤੇ ਜੀ ਕਿ ਕਿਸਾਨਾਂ ਨੂੰ ਵੀ ਆਖਿਆ ਜਾਵੇਗਾ ਕਿ ਤੁਸੀਂ ਆਪਣੀ ਨੈਗੇਟਿਵ ਰਿਪੋਰਟ ਲੈ ਕੇ ਆਓ ਤੇ ਫਿਰ ਪੰਜਾਬ ਚ ਦਾਖਲ ਹੋਵੋ ਜੀ ਇਹ ਮੈਨੂੰ ਲੱਗਦਾ ਹੈ ਕਿ ਹਕੀਕੀ ਤੌਰ ਤੇ ਜ਼ਮੀਨੀ ਤੌਰ ਤੇ ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਜੀ ਇਹ ਸਿਰਫ ਇੱਕ ਬਿਆਨ ਉਹਨਾਂ ਨੇ ਦੇ ਦਿੱਤਾ ਹੈ ਕੀ ਇਸ ਥੋੜੇ ਥੋੜੇ ਵਾਧ ਰਹੇ ਨੇ ਜੀ ਇਸ ਵੇਲੇ ਸੀਜ਼ਨਲ ਫਲੂ ਵੀ ਪੰਜਾਬ ਦੇ ਵਿੱਚ ਤੇ ਹੋਰ ਹਿੱਸਿਆਂ ਦੇ ਵਿੱਚ ਜ਼ੋਰਾਂ ਤੇ ਹੈ ਜੀ ਪਰ ਇੱਕ ਗੱਲ ਇਹ ਹੈ ਕਿ ਡੈਲਟਾ ਪਲੱਸ ਦਾ ਜਿਹੜਾ ਵੇਰੀਐਂਟ ਹੈ ਉਸ ਦੇ ਨਾਲ ਕੁਝ ਮੌਤਾਂ ਮਹਾਰਾਸ਼ਟਰ ਦੇ ਆਸ-ਪਾਸ ਜਿਹੜੀਆਂ ਹੋਈਆਂ ਦੱਸੀਆਂ ਜਾਂਦੀਆਂ ਨੇ ਜੀ ਉਹ ਕੇਸ ਆ ਰਹੇ ਨੇ ਅਜੇ a ਸਿਚੁਏਸ਼ਨ ਅਲਾਰਮਿੰਗ ਨਹੀਂ ਹੈ ਜੀ ਮੈਂ ਸਮਝਦਾ ਕਿ ਜਿਹੜੀ ਗੱਲ ਪਹਿਲਾਂ ਕੀਤੀ ਜਾ ਰਹੀ ਸੀ ਕਿ ਜੇ ਟੀਕਾ ਕਰਨ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਪੂਰਾ ਹੋ ਜਾਂਦਾ ਹੈ ਜੀ ਜਾਂ ਉਸ ਦੇ ਉਸ ਟੀਚੇ ਦੇ ਲਗਭਗ ਅਸੀਂ ਕਿਤੇ ਲੱਗੇ ਛਾ ਕੇ ਪਹੁੰਚ ਜਾਂਦੇ ਆ ਤੇ ਫਿਰ ਸਾਨੂੰ ਤੀਸਰੀ ਲਹਿਰ ਤੋਂ ਬਚਣ ਦਾ ਮੌਕਾ ਮਿਲ ਸਕਦਾ ਹੈ ਜੀ ਤੀਸਰੀ ਲਹਿਰ ਆਉਣੀ اٹਲ ਹੈ ਇਹ ਆਵੇਗੀ ਪਰ ਕਿੰਨੀ ਇੱਕ ਜ਼ੋਰ ਨਾਲ ਕਿਵੇਂ ਆਵੇਗੀ ਇਸ ਬਾਰੇ ਅਸੀਂ ਕੁਝ ਨਹੀਂ ਆਖ ਸਕਦੇ ਪਰ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਤੀਸਰੀ ਲਹਿਰ ਆਉਣੀ ਹੈ ਤੇ ਇਸ ਤੋਂ ਜਿੰਨਾ ਬਚਾਅ ਕੀਤਾ ਜਾਵੇ ਸਮਾਜਿਕ ਦੂਰੀ ਬਣਾ ਕੇ ਟੀਕਾ ਕਰਨ ਕਰਕੇ ਤੇ ਹੋਰ ਨਿਯਮਾਂ ਦੀ ਪਾਲਣਾ ਕਰਕੇ ਸਕੂਲਾਂ ਪ੍ਰਤੀ ਸਰਕਾਰ ਦੇ ਜਿਹੜੇ ਫੈਸਲੇ ਆਏ ਸੀ ਉਸ ਵਿੱਚ ਅਜੇ ਪਾਰਦਰਸ਼ਤਾ ਦੀ ট্রান্সਪੇਰੈਂਸੀ ਦੀ ਘਾਟ ਹੈ ਉਸ ਵਿੱਚ ਕਈ ਲੋਕਾਂ ਨੂੰ ਕੀ ਇਨਫੋਰਮੇਸ਼ਨ ਦਾ ਪਤਾ ਨਹੀਂ ਸਕੂਲਾਂ ਨੂੰ ਨਵੇਂ ਜਿਹੜੇ ਹੁਕਮ ਦਿੱਤੇ ਗਏ ਨੇ ਕਿ ਇੱਕ ਬੈਂਚ ਤੇ ਇੱਕੋ ਹੀ ਬੱਚਾ ਹੋਵੇ ਹੁਣ ਇਹਨੇ ਤੇ ਬੈਂਚੇ ਨਹੀਂ ਸਕੂਲਾਂ ਦੇ ਕੋਲ ਤੇ ਇੱਥੇ ਸਾਡੇ ਪ੍ਰਾਇਮਰੀ ਸਕੂਲ ਅਜੇ ਵੀ ਇਹੋ ਜਿਹੇ ਕਈ ਹਨ ਜਿੱਥੇ ਜ਼ਮੀਨ ਤੇ ਬੱਚੇ ਬੈਠਦੇ ਨੇ ਫਿਰ ਕੀ ਉੱਥੇ ਕੀ ਨਿਯਮ ਲਾਗੂ ਹੁੰਦੇ ਨੇ ਸੋ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਜਿਹੜਾ ਅਜੇ ਸਰਕਾਰ ਥੋੜਾ ਜਿਹਾ ਪੰਬਲਪੂਸੇ ਦੇ ਵਿੱਚ ਆ ਪਰ ਆ ਹੁਕਮ ਜਾਰੀ ਕੀਤੇ ਨੇ ਕਿ ਪੰਜਾਬ ਚ ਆਉਣ ਵਾਲਿਆਂ ਦਾਖਲ ਹੋਣ ਵਾਲਿਆਂ ਵਾਸਤੇ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਤੇ ਕੁਲਦੀਪ ਜੀ ਸਾਰੇ ਮੁੱਦਿਆਂ ਤੇ ਤੁਸੀਂ ਆਪਣੇ ਵਿਚਾਰ ਖੁੱਲਕੇ ਸਾਂਝੇ ਕੀਤੇ ਮੁੱਦੇ ਤਾਂ ਹੋਰ ਵੀ ਸੀ ਵਿਚਾਰਨ ਪਲੇ ਪਰ ਅੱਜ ਦਾ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੈ ਤੁਸੀਂ ਸਟੂਡੀਓ ਚ ਆਏ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ ਨਵੇਂ ਮੁੱਦਿਆਂ ਦੇ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ ਪਰ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ ਉਮੀਦ ਤੁਹਾਡੀ ਕੋਸ਼ਿਸ਼ ਸਾਡੀ